ਉਹ ਸਾਡਾ ਰਾਗੀ ਵੀ ਕਿਹੋ ਜਿਹਾ ਹੈ ਤੇ ਸਾਡਾ ਜਥੇਦਾਰ ਵੀ ਕਿਹੋ ਜਿਹਾ ਹੈ ਕਿ ਗੁਰਬਾਣੀ ਦੀ ਰੱਜ ਕੇ ਨਰਾਦਰੀ ਹੋ ਰਹੀ ਹੈ, ਜਥੇਦਾਰ ਸਾਹਮਣੇ ਬੈਠਾ ਵੇਖੀ ਜਾ ਰਿਹਾ ਤੇ ਕੀਰਤਨ ਵਾਲਾ ਕੀਰਤਨ ਕਰ ਰਿਹਾ। ਅਸਲ ਵਿੱਚ ਕੀਰਤਨ ਵਾਲੇ ਦਾ ਫਰਜ਼ ਸੀ ਜੇ ਉਹ ਬੈਠਦਾ ਸੀ, ਪਹਿਲੀ ਗੱਲ ਹੈ ਜਿਹੜਾ ਕੀਰਤਨ ਗੁਰੂ ਦੀ ਹਜ਼ੂਰੀ ਦੇ ਵਿੱਚ ਹੁੰਦਾ ਜੀ, ਦੂਸਰੀ ਗੱਲ ਹੈ ਜੇ ਕੀਰਤਨ ਉਹ ਕਰ ਰਿਹਾ ਸੀ ਤੇ ਉਹਨੂੰ ਭਲੀ ਪਾ ਤੇ ਪਤਾ ਸੀ ਕਿ ਜਦੋਂ ਬੰਦਾ ਉੱਚਾ ਹੋ ਕੇ ਬੈਠਦਾ ਤੇ ਗੁਰਬਾਣੀ ਦੀ ਨਰਾਦਰੀ ਹੈ ਉਹ ਸਾਹਮਣੇ ਰਾਗ ਵਿੱਚ ਅੱਡਾ ਦੂਜੇ ਧਰਮ ਦਾ, ਮੈਂ ਉਹਦੇ ਤੇ ਕੋਈ ਕਰੈਂਟੂ ਨਹੀਂ ਕਰਦਾ, ਉਹਨੂੰ ਹੋ ਸਕਦਾ ਸਾਡੇ ਧਰਮ ਬਾਰੇ ਪਤਾ ਹੀ ਨਾ ਹੋਵੇ, ਉਹਨੂੰ ਦੱਸਣਾ ਤਾਂ ਅਕਾਲ ਤਖ਼ਤ ਦੇ ਜਥੇਦਾਰ ਦਾ ਕੰਮ ਸੀ ਤੇ ਜਾਂ ਜਿਹੜਾ ਸਾਹਮਣੇ ਰਾਗੀ ਬੈਠਾ ਹੈ ਇਹਨਾਂ ਦਾ ਫਰਜ਼ ਸੀ ਉਹਨੂੰ ਉਤਾਰ ਕੇ ਥੱਲੇ ਬਿਠਾਉਂਦੇ। ਜੇ ਕੀਰਤਨ ਕਰਾਉਣਾ ਚਾਹੁੰਦਾ ਤੇਰੀ ਭਾਵਨਾ ਹੈ ਤੇਰੀ ਸ਼ਰਧਾ ਹੈ ਤੇ ਭਾਈ ਥੱਲੇ ਬੈਠ ਜਾ, ਤੇ ਜਥੇਦਾਰ ਦਾ ਫਰਜ਼ ਸੀ ਤੁਰੰਤ ਉਹਨੂੰ ਕਹਿੰਦਾ ਪਹਿਲਾਂ ਥੱਲੇ ਬੈਠ। ਇਸ ਕਰਕੇ ਜਥੇਦਾਰ ਦਾ ਬਣਦਾ ਸੀ ਕਿ ਪੰਜ ਪਿਆਰੇ ਸਾਹਿਬਾਨ ਇਹਨੂੰ ਤਲਬ ਕਰਦੇ। ਉਸ ਤੋਂ ਪਹਿਲਾਂ ਜਥੇਦਾਰ ਜੀ ਜਿਹੜੀ ਕੌਮ ਦੀਆਂ ਇਕੱਠੀ ਹੋਣ ਦੀਆਂ ਗੱਲਾਂ ਕਰਦਾ, ਜਿਹੜੀ ਕੌਮ ਨੂੰ ਅੱਜ ਕਰ ਕਹਿ ਰਿਹਾ ਕਿ ਕੌਮ ਬੜੀ ਸੰਕਟ ਵਿੱਚ ਆ, ਕੌਮ ਬੜੀ ਦੁੱਖਾਂ ਵਿੱਚ ਆ, ਕੌਮ ਬਹੁਤ ਦੁੱਖ ਚੱਲ ਰਹੀ ਆ, ਜਥੇਦਾਰ ਉਸ ਕੌਮ ਨੂੰ ਵਾਸਤਾ ਪਾ ਕੇ ਇਕੱਠੇ ਕਰਨ ਦੀ ਗੱਲ ਕੀਤੀ ਆ। ਜਥੇਦਾਰ ਹਰਪ੍ਰੀਤ ਸਿੰਘ ਨੇ ਪਹਿਲਾਂ ਇਹੀ ਜਥੇਬੰਦੀਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਭੰਗ ਕੀਤਾ ਹੈ, ਇਹ ਸਾਡੀ ਕੌਮ ਦੀਆਂ ਜਥੇਬੰਦੀਆਂ ਨਹੀਂ। ਉਹ ਜਥੇਬੰਦੀਆਂ ਕਿਹੜੀਆਂ ਸੀ? ਜਿਹੜੀਆਂ ਕੇਵਲ ਗੱਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਦੀ ਕਰਦੀਆਂ ਸੀ, ਉਹ ਸਾਰੀਆਂ ਜਥੇਬੰਦੀਆਂ ਜਥੇਦਾਰ ਦੇ ਬਿਆਨ ਨਾਲ ਤਲਬ ਹੋਈਆਂ। ਤੇ ਜਦੋਂ ਗੱਲ ਕਿਤੇ ਸਤਿਕਾਰ ਦੀ ਕਰਦੇ ਸੀ, ਲੋਕ ਕਹਿੰਦੇ ਤੁਸੀਂ ਤਾਂ ਅਕਾਲ ਤਖ਼ਤ ਤੋਂ ਭੰਗ ਕੀਤੀਆਂ ਹੋਈਆਂ ਜਥੇਬੰਦੀਆਂ, ਤੁਸੀਂ ਕੌਣ ਹੈ? ਹੁਣ ਅੱਜ ਤੱਕ ਗਿਆਨੀ ਗੁਰਬਚਨ ਸਿੰਘ ਨੇ, ਗਿਆਨੀ ਪੂਰਨ ਸਿੰਘ ਨੇ, ਗਿਆਨੀ ਜੋਗਿੰਦਰ ਸਿੰਘ ਨੇ ਜਾਂ ਹਰਪ੍ਰੀਤ ਸਿੰਘ ਨੇ ਇੱਕ ਵੀ ਜਗ੍ਹਾ 'ਤੇ ਕਿਤੇ ਜਾ ਕੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਕੀਤੀ ਹੋਵੇ। ਅਕਾਲ ਤਖ਼ਤ ਦੀ ਮਰਿਆਦਾ ਦੀ ਰਾਖੀ ਕਰਨ ਵਾਸਤੇ ਜਥੇਦਾਰ ਲਾਇਆ ਜਾਂਦਾ ਹੈ ਅਤੇ ਜਥੇਦਾਰ ਅਕਾਲ ਤਖ਼ਤ ਦੀ ਮਰਿਆਦਾ ਨੂੰ ਆਪ ਧੰਜੀਆਂ ਉਡਾਉਂਦੇ ਨੇ। ਜਥੇਦਾਰ ਦਾ ਆਪ ਦਾ ਇਹਦਾ ਬਿਆਨ ਹੈ ਜੀ, ਜਥੇਦਾਰ ਦਾ ਹਰਪ੍ਰੀਤ ਸਿੰਘ ਦਾ ਬਿਆਨ ਸੀ ਕਿ ਇਹਨਾਂ ਨੇ ਨਾਨਕਸਰੀਆਂ ਲੁੰਬਲ ਕੀਤੀ। ਹੁਣ ਜਿਹੜੀ ਨਾਨਕਸਰੀਆਂ ਦੀ ਗੱਲ ਹੈ, ਅਕਾਲ ਤਖ਼ਤ ਦੀ ਮਰਿਆਦਾ ਤੋਂ ਕੋਹਾਂ ਦੂਰ ਹੈ। ਜਿਹੜਾ ਅਕਾਲ ਤਖ਼ਤ ਦੀ ਮਰਿਆਦਾ ਨੂੰ ਮੰਨਦਾ ਨਹੀਂ, ਅਕਾਲ ਤਖ਼ਤ ਦੀ ਮਰਿਆਦਾ ਦਾ ਵਿਰੋਧੀ ਆ, ਅਕਾਲ ਤਖ਼ਤ ਦੇ ਸਿਧਾਂਤ ਦਾ ਵਿਰੋਧੀ ਆ, ਨਿਸ਼ਾਨ ਸਾਹਿਬ ਦਾ ਵਿਰੋਧੀ ਆ, ਦੇਗ ਦਾ ਵਿਰੋਧੀ ਆ, ਕਿਰਪਾਨ ਦਾ ਵਿਰੋਧੀ ਆ, ਤੇਗ ਦਾ ਵਿਰੋਧੀ ਆ, ਨਾਨਕਸਰ ਡੇਰਾ। ਹੁਣ ਸਿੱਖ ਨਾਨਕਸਰ ਡੇਰੇ ਨਾਲ ਸਾਰੀਆਂ ਚੀਜ਼ਾਂ ਦਾ ਵਿਰੋਧੀ ਆ, ਸਾਰੀਆਂ ਚੀਜ਼ਾਂ ਦਾ ਵਿਰੋਧੀ ਆ। ਹੁਣ ਸਿੱਖ ਸਿਧਾਂਤ ਦਾ ਜਿਹੜਾ ਵਿਰੋਧੀ ਬੰਦਾ ਹੈ ਇਹ ਉਹਨਾਂ ਦੀ ਹਮਾਇਤ 'ਤੇ ਖੜ ਕੇ ਜਿਹੜੀ ਅਕਾਲ ਤਖ਼ਤ ਦੇ ਜਥੇ ਦਾ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ 'ਤੇ ਪਹਿਰਾ ਦੇ ਰਹੀਆਂ ਜਥੇਬੰਦੀਆਂ ਨੂੰ ਭੰਗ ਕਰਦਾ ਅਤੇ ਕਹਿੰਦਾ ਉਹਨਾਂ ਵੱਲ ਉਂਗਲ ਨਾ ਕਰਿਓ। ਹੁਣ ਜੇ ਅਕਾਲ ਤਖ਼ਤ ਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਭਗੌੜੇ ਲੋਕਾਂ ਦੀ ਗੱਲ ਕਰੂਗਾ ਤਾਂ ਫਿਰ ਮਰਿਆਦਾ ਲਾਗੂ ਕੌਣ ਕਰਾਊ? ਅਕਾਲ ਤਖ਼ਤ ਦਾ ਜਥੇਦਾਰ ਬਣਾਉਣ ਤੋਂ ਕੁਛ ਸਮਾਂ ਪਹਿਲਾਂ ਐਲਾਨ ਹੋਣਾ ਚਾਹੀਦਾ ਹੈ ਕਿ ਭਾਈ ਅਸੀਂ ਆਹ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਉਣ ਲੱਗੇ ਹਾਂ, ਇਹਦੀ ਅਗਲੀ ਨਿਯੁਕਤੀ ਕਰਨੀ ਹੈ। ਕਿਸੇ ਦੀ ਜ਼ਮੀਨ ਤਾਂ ਨਹੀਂ ਨੱਪੀ, ਕਿਸੇ ਦੀ ਪੈਲੀ ਤਾਂ ਨਹੀਂ ਨੱਪੀ, ਕਿਸੇ ਨੇ ਇਹਨੇ ਹੋਰ ਕੋਈ ਆਰੋਪ ਤਾਂ ਨਹੀਂ ਇਸ ਬੰਦੇ 'ਤੇ ਜਿਹੜੇ ਕਿ ਅਕਾਲ ਤਖ਼ਤ ਦਾ ਜਥੇਦਾਰ ਬਣਨ ਤੋਂ ਬਾਅਦ ਸਾਹਮਣੇ ਆ ਜਾਣ। ਉਹਨੇ ਕੌਮ ਵਾਸਤੇ ਕੀ ਕੀਤਾ? ਬਿਲਕੁਲ, ਉਹਨੇ ਜਥੇਦਾਰ ਨੇ ਕੌਮ ਵਾਸਤੇ ਕੀ ਕੀਤਾ ਭਾਈ ਇਹ ਵੀ ਦੱਸਿਆ ਜਾਵੇ। ਅੱਜ ਉਹ ਆ ਰਿਹਾ ਇੱਕ ਸੁਲਤਾਨ ਸਿੰਘ ਨਵਾਂ ਜਿਹੜਾ ਜਥੇਦਾਰ ਲਾ ਰਹੇ ਆ, ਸੁਲਤਾਨ ਸਿੰਘ ਨੂੰ ਕੋਈ ਵੀ ਨਹੀਂ ਜਾਣਦਾ, ਸੁਲਤਾਨ ਸਿੰਘ ਦੀ ਜਥੇ ਕੌਮ ਪ੍ਰਤੀ ਕੀ ਸੇਵਾ, ਕਿਹੜੀ ਕੁਰਬਾਨੀ ਹੈ, ਉਹ ਸਾਰਾ ਕੁਛ ਅੱਜ ਮਲੀਆ ਮੇਟ ਹੋ ਗਿਆ। ਜਿਹੜਾ ਸਾਡਾ ਸਿਧਾਂਤ ਇਹ ਆਉਂਦਾ ਕਿ ਜਿਹਦੀ ਸਭ ਤੋਂ ਵੱਡੀ ਕੁਰਬਾਨੀ ਹੈ ਉਹਨੂੰ ਅਕਾਲ ਤਖ਼ਤ ਦਾ ਜਥੇਦਾਰ ਲਾਇਆ ਜਾਵੇ, ਜਿਹਦੀ ਕੁਰਬਾਨੀ ਬਾਦਲਾਂ ਦੇ ਪ੍ਰਤੀ ਆ ਹੁਣ ਜਥੇਦਾਰ ਉਹ ਲਾਇਆ ਜਾਂਦਾ। ਰੌਲਾ ਇਹ ਆ ਕਿ ਹਰਪ੍ਰੀਤ ਸਿੰਘ ਨੂੰ ਲਾ ਕੇ ਰੰਗਬੀਰ ਸਿੰਘ ਨੂੰ ਜਥੇਦਾਰ ਲਾ ਦਿੱਤਾ ਹੈ। ਰੰਗਬੀਰ ਸਿੰਘ ਕੌਣ ਨੇ? ਜਿਹੜੇ ਪਹਿਲਾਂ ਹੀ ਜਥੇਦਾਰ ਅਨੰਦਪੁਰ ਸਾਹਿਬ ਦੇ ਨੇ ਅਤੇ ਅਨੰਦਪੁਰ ਸਾਹਿਬ ਦੀ ਜਥੇਦਾਰੀ ਨਿਭਾਉਂਦਿਆਂ ਉਹ ਕਿਹੜੀ ਕੁਰਬਾਨੀ ਕੀਤੀ ਆ, ਉਹ ਕਿਹੜਾ ਬਹੁਤ ਵੱਡਾ ਕੌਮ ਦੇ ਅੰਦਰ ਰੋਲ ਨਿਭਾਇਆ, ਬਹੁਤ ਸਾਰੇ ਲੋਕਾਂ ਨੂੰ ਅੰਮ੍ਰਿਤ ਛਕਾਇਆ, ਉਹ ਕਿਹੜਾ ਕੰਮ ਕੀਤਾ ਕਿ ਉਸ ਜਥੇਦਾਰੀ ਤੋਂ ਲਾਹ ਕੇ ਅਸੀਂ ਉਹਨੂੰ ਉਦਲਾ ਪਾ ਦੇ ਰਹੇ ਹਾਂ, ਉੱਤੇ ਉਹਨੂੰ ਬਰਾਜਮਾਨ ਉਤੋਂ ਉਹਦੇ ਵੱਡੇ ਅਹੁਦੇ 'ਤੇ ਕਰ ਰਹੇ ਹਾਂ, ਉਹ ਕਿਹੜੀ ਕੁਰਬਾਨੀ ਸੀ? ਹਾਂ, ਇੱਕ ਜ਼ਰੂਰ ਸੀ ਕਿ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਦਰਬਾਰ ਕੇਸਗੜ੍ਹ ਸਾਹਿਬ ਇੱਕ ਦੁਸ਼ਟ ਵੱਲੋਂ ਬੀੜੀ ਪੀਤੀ ਜਾਂਦੀ ਆ, ਉਹ ਬੀੜੀ ਪੀਣ ਤੋਂ ਬਾਅਦ ਸਵਾਲ ਹੁੰਦਾ ਕਿ ਜਥੇਦਾਰ ਜੀ ਤੁਸੀਂ ਇਹਨੂੰ ਝਿੜਕਾਇਆ ਨਹੀਂ?
ਤੇ ਜਥੇਦਾਰ ਦਾ ਜਵਾਬ ਵੇਖੋ ਕੁਰਬਾਨੀ ਭਰਿਆ, ਕਹਿੰਦਾ ਮੇਰੇ ਤੇ ਪਰਚਾ ਹੋ ਜਾਣਾ ਸੀ। ਇਹੋ ਜਿਹੇ ਜਥੇਦਾਰ ਨੂੰ ਤੁਰੰਤ ਲਾਹ ਦੇਣਾ ਚਾਹੀਦਾ ਸੀ। ਗੁਰੂ ਦੇ ਸਾਹਮਣੇ ਨਰਾਦੀ ਹੋ ਜਾਂਦੀ ਹੋਵੇ ਤੇ ਤੁਸੀਂ ਇੱਕ ਪਰਚੇ ਤੋਂ ਡਰਦੇ ਹੋ, ਤੇ ਉਦਾਂ ਤੁਸੀਂ ਕਹਿੰਦੇ ਅਸੀਂ ਵਾਰਸ ਕੌਮ ਨੇ ਆ, ਉਹ ਤੁਸੀਂ ਬਾਬਾ ਦੀਪ ਸਿੰਘ ਮੰਗੂ ਫਿਰ ਤੇ ਸੀਸ ਆ ਜਿਹੜਾ ਤਲੀ ਤੇ ਧਰਨਾ ਪਵੇਗਾ। ਜਿਹੜਾ ਕੌਮ ਦਾ ਜਥੇਦਾਰ ਹੈ ਜੇ ਪਰਚੇ ਤੋਂ ਡਰਦਾ ਹੋਇਆ ਤੇ ਕੌਮ ਨੂੰ ਕਿੱਥੋਂ ਦੱਸੋ ਸੰਭਾਲ ਲੂਗਾ। ਗੁਰਬਾਣੀ ਅਖੰਡ ਬਾਣੀ ਚੈਨਲ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਸ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਆਪਾਂ ਗੱਲ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਅੱਜ ਅਕਾਲ ਤਖਤ ਸਾਹਿਬ ਤੋਂ ਜਿਹੜੀ ਉਹਨਾਂ ਨੂੰ ਸੇਵਾ ਦਿੱਤੀ ਹੋਈ ਸੀ, ਉਸ ਸੇਵਾ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਅਤੇ ਉਹਨਾਂ ਦੀ ਜਗ੍ਹਾ ਗਿਆਨੀ ਰਘਵੀਰ ਸਿੰਘ ਜੀ ਹੋਰਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ। ਪਰ ਸੰਗਤ ਦੇ ਵਿੱਚ ਜੇ ਆਪਾਂ ਸੰਗਤ ਦੀ ਗੱਲ ਕਰੀਏ, ਜਿਸ ਵੇਲੇ ਤੋਂ ਇਹ ਖਬਰ ਸਾਹਮਣੇ ਆਈ ਹੈ, ਸੰਗਤ ਦੇ ਅੱਡ ਅੱਡ ਵਿਚਾਰ ਵੀ ਸਾਹਮਣੇ ਆਏ। ਇਹ ਸਾਰੇ ਵਿਚਾਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਗਿਆਨੀ ਗੁਰਭਾਗ ਸਿੰਘ ਮਰੂੜ, ਪ੍ਰਚਾਰਕ ਨੇ ਸਿੱਖ ਕੌਮ ਦੇ, ਇਹਨਾਂ ਦੇ ਕੋਲ ਪਹੁੰਚੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਅਤੇ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਕਿੱਦਾਂ ਦੇਖ ਰਹੇ ਹੋ? ਸਭ ਤੋਂ ਪਹਿਲਾਂ ਸਵਾਲ ਇਹੋ ਜਿਹੇ ਵੀ ਕਿੱਦਾਂ ਦੇਖ ਰਹੇ ਹੋ ਇਹ ਫੈਸਲੇ ਨੂੰ, ਅੱਜ ਗਿਆਨੀ ਹਰਪ੍ਰੀਤ ਸਿੰਘ ਹਣਾ ਨੂੰ ਉਸ ਤਖਤ ਦੀ ਸੇਵਾਦਾਰੀ ਤੋਂ ਲਾਹ ਦਿੱਤਾ ਗਿਆ ਅਤੇ ਗਿਆਨੀ ਰਘਵੀਰ ਸਿੰਘ ਹਣਾ ਨੂੰ ਉੱਥੇ ਜਥੇਦਾਰ ਥਾਪ ਦਿੱਤਾ ਗਿਆ ਅਕਾਲ ਤਖਤ ਸਾਹਿਬ ਦਾ? ਵੀਰ ਜੀ, ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣਾ ਪੂਰੀ ਕੌਮ ਦੀ, ਹਰ ਇੱਕ ਸਿੱਖ ਦੀ, ਪੂਰੇ ਵਰਲਡ ਦੇ ਅੰਦਰ ਜਿੱਥੇ ਵੀ ਸਾਡੀ ਕੌਮ ਹੈਗੀ ਆ, ਉਹਦੀ ਵਾਂਗ ਡੋਰ ਜਥੇਦਾਰ ਦੇ ਹੱਥ ਹੁੰਦੀ ਆ ਕਿ ਜਥੇਦਾਰ ਸਾਡੀ ਕੌਮ ਦਾ ਮੁਖੀ ਆ। ਅਤੇ ਜਿਹੜਾ ਅਕਾਲ ਤਖਤ ਦਾ ਜਥੇਦਾਰ ਆ, ਉਹ ਪੂਰੀ ਕੌਮ ਦੀ ਦੇਖਭਾਲ ਕਰਦਾ ਅਤੇ ਇਹਨੂੰ ਅਸੀਂ ਚੜ੍ਹਦੀ ਕਲਾ ਵੱਲ ਕਿਵੇਂ ਲੈ ਕੇ ਜਾਣਾ, ਜਥੇਦਾਰ ਦੀ ਜ਼ਿੰਮੇਵਾਰੀ ਹੁੰਦੀ ਆ। ਕੌਮ ਵਿੱਚ ਆ ਰਹੀਆਂ ਗਿਰਾਵਟਾਂ ਬਾਰੇ ਵੇਖਣਾ ਜਥੇਦਾਰ ਦੀ ਜ਼ਿੰਮੇਵਾਰੀ ਆ। ਕੌਮ ਵਿੱਚ ਹੋ ਰਹੀ ਮਨਮਤ ਵੇਖਣੀ ਜਥੇਦਾਰ ਦੀ ਜ਼ਿੰਮੇਵਾਰੀ ਆ। ਕੌਮ ਵਿੱਚ ਪਵਿੱਤਰਪੁਣਾ ਵੱਧ ਰਿਹਾ, ਲੋਕ ਸਿੱਖੀ ਤੋਂ ਦੂਰ ਰਹੇ, ਇਹਨੂੰ ਵੇਖਣਾ ਜਥੇਦਾਰ ਦੀ ਜ਼ਿੰਮੇਵਾਰੀ ਆ। ਜਥੇਦਾਰ ਨੂੰ ਲਾਇਆ ਉਦੋਂ ਜਾਂਦਾ ਹੈ ਜਦੋਂ ਜਥੇਦਾਰ ਸਾਡੀ ਇੱਕ ਧਿਰ ਜਿਹੜੀ ਆ ਅੱਜ ਕਬਜ਼ਾ ਸ੍ਰੀ ਅਕਾਲ ਤਖਤ ਸਾਹਿਬ 'ਤੇ, ਉਹ ਹੈਗੀ ਆ ਬਾਦਲ ਦਲ। ਬਾਦਲ ਦਲ ਸਰਕਾਰ ਵੀ ਚਲਾਉਣੀ ਚਾਹੁੰਦਾ ਅਤੇ ਅਕਾਲ ਤਖਤ ਦੀ ਜਥੇਦਾਰੀ ਲੈ ਕੇ ਆਪਣਾ ਉੱਥੇ ਹੁਕਮ ਕੋਈ ਭਾਟ ਭਾ ਕੇ ਉਦੋਂ ਹੁਕਮ ਕੌਮ 'ਤੇ ਆਪਦੇ ਮੁਤਾਬਕ ਚਲਾਉਂਦਾ ਹੈ। ਇਹ ਕਿਸੇ ਕੌਮ ਦੇ ਬੰਦੇ ਕੋਲੋਂ ਭੁੱਲਿਆ ਨਹੀਂ, ਕਿਸੇ ਸਿੱਖ ਕੋਲੋਂ ਇਹ ਭੁੱਲੀ ਨਹੀਂ ਗੱਲ। ਹੁਣ ਜਿਹੜੀ ਆਪਾਂ ਚੀਜ਼ ਵੇਖੀ ਆ ਵੀ ਅਕਾਲ ਤਖਤ ਦੇ ਜਥੇਦਾਰੀ ਤੋਂ ਅੱਜ ਹਰਪ੍ਰੀਤ ਸਿੰਘ ਨੂੰ ਲਾਹ ਦਿੱਤਾ ਹੈ, ਪਰ ਸ਼ਾਇਦ ਸੁਣਨ ਵਿੱਚ ਆਇਆ ਕਿ ਹਰਪ੍ਰੀਤ ਸਿੰਘ ਕਹਿ ਰਿਹਾ ਕਿ ਮੈਂ ਆਪ ਇਸ ਅਹੁਦੇ ਤੋਂ ਅਸਤੀਫਾ ਦਿੱਤਾ। ਕਾਰਨ ਸਭ ਤੋਂ ਪਹਿਲੀ ਤਾਂ ਗੱਲ ਆ ਕਿ ਹਰਪ੍ਰੀਤ ਸਿੰਘ ਲੰਮੇ ਸਮੇਂ ਤੋਂ ਦੋ ਤਖਤਾਂ ਦਾ ਜਥੇਦਾਰ ਸੀ ਜੀ। ਜਾਂ ਤਾਂ 2-2.5 ਸਾਲ ਇਹਨਾਂ ਨੂੰ ਜਥੇਦਾਰੀ ਨਹੀਂ ਲੱਭਾ ਕੋਈ ਲਾਉਣ ਵਾਸਤੇ। ਮੰਨ ਲਓ ਕਿ ਇੱਕ ਜਥੇਦਾਰ ਨੂੰ ਕਾਰਜਕਾਰੀ ਬਣਾ ਕੇ ਦੋ ਤਖਤਾਂ ਦਾ ਜ਼ਿੰਮੇਵਾਰੀ ਸੌਂਪਦੇ ਨੇ, ਇੱਕ ਸਰੀਰ ਦੋ ਜ਼ਿੰਮੇਵਾਰੀਆਂ ਕੌਮ ਦੇ ਅੰਦਰ ਨਹੀਂ ਸਾਂਭਦਾ, ਕਿਉਂਕਿ ਤਖਤ ਦੀ ਇੱਕ ਦੀ ਜ਼ਿੰਮੇਵਾਰੀ ਇੱਕ ਹੀ ਸਿੰਘ ਸਾਂਭ ਸਕਦਾ ਹੈ। ਪਰ ਇਹ ਕਿਹੜਾ ਸਿਧਾਂਤ ਸੀਗਾ ਕਿ ਇੰਨਾ ਲੰਮਾ ਸਮਾਂ ਹੀ ਦੋ ਤਖਤਾਂ ਦੀ ਜ਼ਿੰਮੇਵਾਰੀ ਇੱਕ ਜਥੇਦਾਰ ਨੂੰ ਦਿੱਤੀ? ਅਤੇ ਕੰਮ ਦੋਨਾਂ ਦਾ ਸੇਮ ਹੈ, ਉਹੀ ਕੰਮ ਅਕਾਲ ਤਖਤ ਦੇ ਜਥੇਦਾਰ ਦਾ, ਉਹੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਹੈ। ਅਕਾਲ ਤਖਤ ਸਾਹਿਬ ਨੂੰ ਅਸੀਂ ਸਰਵ ਉੱਚ ਮੰਨਦੇ ਹਾਂ ਕਿ ਬਾਕੀ ਫੈਸਲੇ ਜਿਹੜੇ ਉਹ ਸਹਿਯੋਗੀ ਜਥੇਦਾਰ ਦੇ ਨੇ, ਜਥੇਦਾਰ ਦੇ ਸਹਿਯੋਗੀ ਮੰਨਿਆ ਜਾਂਦਾ। ਪਰ ਇੱਕ ਦੋ ਇਹ ਜਿਹੜਾ ਸਾਂਭ ਕੇ ਰੱਖਣੇ, ਇਹ ਵੀ ਕੋਈ ਸਿਧਾਂਤ ਨਹੀਂ ਸੀਗਾ, ਉਹ ਧੱਕੇ ਦੇ ਨਾਲ ਹੀ ਜਿਵੇਂ ਮਨਮਰਜ਼ੀ ਕਰਨੀ ਹੁੰਦੀ ਕਿਸੇ ਬੰਦੇ ਨੇ ਕੀਤੀ ਜਾਂਦੀ ਆ। ਪਰ ਵੇਖਣ ਵਾਲੀ ਗੱਲ ਇਹ ਆ ਸਾਡੀ ਕੌਮ ਦੇ ਅੰਦਰ ਕਿ ਅਸੀਂ ਅੱਜ ਤੱਕ ਜੋ ਇਤਿਹਾਸ ਪੜ੍ਹਿਆ, ਸਿਧਾਂਤ ਨੂੰ ਪੜ੍ਹਿਆ, ਵਾਚਿਆ, ਮਰਯਾਦਾ ਨੂੰ ਵਾਚਿਆ ਕਿ ਇੱਕ ਸਰਕਾਰੀ ਅਫਸਰ ਆ ਜੀ, SSP ਮੰਨ ਲਓ ਕਿ ਉਹ ਰਿਟਾਇਰਮੈਂਟ ਹੁੰਦਾ ਹੈ ਜੀ, ਅਤੇ ਉਹਨੂੰ ਬਹੁਤ ਸਾਰੇ ਤੋਹਫੇ ਦੇ ਕੇ, ਬਹੁਤ ਮਾਣ ਸਨਮਾਨ ਦੇ ਕੇ ਉਹਨੂੰ ਰਿਟਾਇਰਮੈਂਟ ਕੀਤਾ ਜਾਂਦਾ ਹੈ। ਪਰ ਜਦੋਂ ਦਾ ਬਾਦਲਾਂ ਨੇ ਤਖਤ ਸਾਹਿਬ 'ਤੇ ਕਬਜ਼ਾ ਕੀਤਾ, ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕੀਤਾ, ਤਖਤਾਂ 'ਤੇ ਕਬਜ਼ਾ ਕੀਤਾ, ਇਹ ਵੱਖਰਾ ਕੰਮ ਚਲਾਇਆ ਹੋਇਆ ਕਿ ਜਦੋਂ ਵੀ ਕਿਸੇ ਜਥੇਦਾਰ ਨੂੰ ਲਾਉਣਾ, ਉਹਨੂੰ ਜਲੀਲ ਕਰਕੇ ਲਾਉਣਾ ਹੈ, ਉਹਨੂੰ ਉਦੋਂ ਲਾਉਣਾ ਗੁੱਸੇ ਵਿੱਚ ਆ ਕੇ ਜਦੋਂ ਉਹਨੇ ਗਲਤ ਕੰਮ ਕਰ ਦਿੱਤਾ। ਹੁਣ ਜਿਹੜੀਆਂ ਕਿਆਸ ਰਹੀਆਂ ਸੀ ਸੰਗਤਾਂ ਦੀਆਂ, ਉਸ ਦਿਨ ਤੋਂ ਲੱਗ ਗਈਆਂ ਸੀ ਜਿਸ ਦਿਨ ਰਾਘਵ ਚੱਡੇ ਦੀ ਮੰਗਣੀ ਗਈ। ਇਹੀ ਕਹਿਣ ਲੱਗਿਆ ਸੀਗਾ ਵੀ ਇੱਕ ਬੰਨੇ ਕਿਹਾ ਜਾ ਰਿਹਾ ਕਿ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਅਹੁਦਾ ਛੱਡ ਦਿੱਤਾ,
ਅਤੇ ਦੂਜੇ ਬੰਨੇ ਸੰਗਤ ਦੀ ਗੱਲ ਕਰ ਲਈਏ ਜਾਂ ਲੋਕਾਂ ਦੀ ਆਮ ਲੋਕਾਂ ਦੀ ਗੱਲ ਕਰ ਲਈਏ, ਜਿਸ ਦਿਨ ਮੰਗਣੀ 'ਤੇ ਪਹੁੰਚਦੇ ਨੇ ਉਸੇ ਦਿਨ ਤੋਂ ਹੀ ਕਿਹਾ ਜਾ ਰਿਹਾ ਸੀਗਾ ਕਿ ਹੁਣ ਬਾਦਲਾਂ ਨੇ ਇਹਨਾਂ ਨੂੰ ਕੁਰਸੀ ਤੋਂ ਲਾਂਭੇ ਕਰ ਦੇਣਾ। ਹਾਂਜੀ, ਇਹਦਾ ਕਾਰਨ ਹੈ ਕਿ ਬਾਦਲਾਂ ਦਾ ਸੁਭਾਅ ਹੈ ਅਤੇ ਸੰਗਤਾਂ ਨੂੰ ਉਸ ਸੁਭਾਅ ਦਾ ਪਤਾ ਹੈ, ਬਾਦਲਾਂ ਦੀਆਂ ਆਦਤਾਂ ਦਾ, ਬਾਦਲਾਂ ਦੇ ਕੰਮਾਂ ਦਾ ਲੋਕਾਂ ਨੂੰ ਪਤਾ ਹੈ। ਪੰਜ ਵਾਰੀ ਮੁੱਖ ਮੰਤਰੀ ਬਣ ਜਾਣਾ ਅਤੇ ਉਸ ਤੋਂ ਬਾਅਦ ਜਦੋਂ ਲੋਕ ਉਸ ਗੱਲ ਤੋਂ ਸੁਚੇਤ ਹੋ ਜਾਣ, ਲੋਕਾਂ ਨੂੰ ਪਤਾ ਲੱਗ ਜੇ, ਫਿਰ ਸਾਰਾ ਟੱਬਰ ਹੀ ਹਾਰ ਜਾਣਾ, ਰਿਸ਼ਤੇਦਾਰ ਵੀ ਹਾਰ ਜਾਣੇ MLA ਤੋਂ, MLA ਵੀ ਬਣ ਨਾ ਸਕਣਾ ਪੰਜ ਵਾਰੀ ਮੁੱਖ ਮੰਤਰੀ ਰਹਿ ਕੇ ਵੀ। ਅਤੇ ਇਹਦਾ ਭਾਵ ਕਿ ਸੰਗਤਾਂ ਜਾਣ ਚੁੱਕੀਆਂ ਸੀ, ਇਸ ਕਰਕੇ ਇਹਨਾਂ ਨੂੰ ਪਾਸੇ ਕਰਨਾ ਚਾਹੁੰਦੀਆਂ ਸੰਗਤਾਂ। ਇਹਨਾਂ ਦੇ ਸੁਭਾਅ ਅੰਦਰ ਹੈ ਕਿ ਜਦੋਂ ਇਹਨਾਂ ਦੀ ਮਨ ਮਰਜ਼ੀ ਤੋਂ ਬਿਨਾਂ ਜਥੇਦਾਰ ਨੇ ਕੁਛ ਵੀ ਕੀਤਾ ਹੈ, ਉਸ ਜਥੇਦਾਰ ਨੂੰ ਬਦਲਣਾ ਹੈ। ਹੁਣ ਜਿਸ ਦਿਨ ਰਾਘਵ ਚੱਡੇ ਦੀ ਮੰਗਣੀ 'ਤੇ ਜਾਂਦਾ ਹੈ, ਉੱਥੇ ਦੋ ਚੀਜ਼ਾਂ ਵੇਖਣ ਵਾਲੀਆਂ ਸੀ। ਜਥੇਦਾਰ ਦੇ ਸਾਹਮਣੇ ਰਾਘਵ ਚੱਡਾ ਇੱਕ ਬੈਂਚ 'ਤੇ, ਟੇਬਲ 'ਤੇ ਬੈਠਾ ਹੈ, ਸਾਹਮਣੇ ਕੀਰਤਨ ਕਰਨ ਵਾਲਾ ਕੀਰਤਨ ਕਰ ਰਿਹਾ ਜੀ। ਉਹ ਸਾਡਾ ਰਾਗੀ ਵੀ ਕਿਹੋ ਜਿਹਾ ਹੈ ਅਤੇ ਸਾਡਾ ਜਥੇਦਾਰ ਵੀ ਕਿਹੋ ਜਿਹਾ ਹੈ ਕਿ ਗੁਰਬਾਣੀ ਦੀ ਰੱਜ ਕੇ ਨਰਾਦਰੀ ਹੋ ਰਹੀ ਹੈ, ਜਥੇਦਾਰ ਸਾਹਮਣੇ ਬੈਠਾ ਵੇਖੀ ਜਾ ਰਿਹਾ ਅਤੇ ਕੀਰਤਨ ਵਾਲਾ ਕੀਰਤਨ ਕਰ ਰਿਹਾ। ਅਸਲ ਵਿੱਚ ਕੀਰਤਨ ਵਾਲੇ ਦਾ ਫਰਜ਼ ਸੀ, ਜੇ ਉਹ ਬੈਠਦਾ ਸੀ, ਪਹਿਲੀ ਗੱਲ ਹੈ ਜਿਹੜਾ ਕੀਰਤਨ ਗੁਰੂ ਦੀ ਹਜ਼ੂਰੀ ਦੇ ਵਿੱਚ ਹੁੰਦਾ ਜੀ, ਦੂਸਰੀ ਗੱਲ ਹੈ ਜੇ ਕੀਰਤਨ ਉਹ ਕਰ ਰਿਹਾ ਸੀ ਅਤੇ ਉਹਨੂੰ ਭਲੀ ਪਾ ਦੇ ਪਤਾ ਸੀ ਕਿ ਜਦੋਂ ਬੰਦਾ ਉੱਚਾ ਹੋ ਕੇ ਬੈਠਦਾ ਅਤੇ ਗੁਰਬਾਣੀ ਦੀ ਨਰਾਦਰੀ ਹੈ, ਉਹ ਸਾਹਮਣੇ ਰਾਗ ਵਿੱਚ ਅੱਡਾ ਦੂਜੇ ਧਰਮ ਦਾ, ਮੈਂ ਉਹਦੇ 'ਤੇ ਕੋਈ ਕਰਿੰਤੂ ਨਹੀਂ ਕਰਦਾ, ਉਹਨੂੰ ਹੋ ਸਕਦਾ ਸਾਡੇ ਧਰਮ ਬਾਰੇ ਪਤਾ ਹੀ ਨਾ ਹੋਵੇ, ਉਹਨੂੰ ਦੱਸਣਾ ਤਾਂ ਅਕਾਲ ਤਖ਼ਤ ਦੇ ਜਥੇਦਾਰ ਦਾ ਕੰਮ ਸੀ ਅਤੇ ਜਾਂ ਜਿਹੜਾ ਸਾਹਮਣੇ ਰਾਗੀ ਬੈਠਾ ਹੈ, ਇਹਨਾਂ ਦਾ ਫਰਜ਼ ਸੀ ਉਹਨੂੰ ਉਤਾਰ ਕੇ ਥੱਲੇ ਬਿਠਾਉਂਦੇ। ਜੇ ਕੀਰਤਨ ਕਰਾਉਣਾ ਚਾਹੁੰਦਾ, ਤੇਰੀ ਭਾਵਨਾ ਹੈ, ਤੇਰੀ ਸ਼ਰਧਾ ਹੈ, ਤੇ ਭਾਈ ਥੱਲੇ ਬੈਠ ਜਾ, ਤੇ ਜਥੇਦਾਰ ਦਾ ਫਰਜ਼ ਸੀ ਤੁਰੰਤ ਉਹਨੂੰ ਕਹਿੰਦਾ ਪਹਿਲਾਂ ਥੱਲੇ ਬੈਠ। ਇਸ ਕਰਕੇ ਜਥੇਦਾਰ ਦਾ ਬਣਦਾ ਸੀ ਕਿ ਪੰਜ ਪਿਆਰੇ ਸਾਹਿਬਾਨ ਇਹਨੂੰ ਤਲਬ ਕਰਦੇ। ਹੁਣ ਪੰਜ ਪਿਆਰੇ ਤਲਬ ਕਿਹੜੇ ਕਰਦੇ? ਕਾਰਨ ਵੱਡਾ ਕਿ ਜਦੋਂ ਸੌਦਾ ਸਾਧ ਨੂੰ ਮਾਫ਼ੀ ਦਿੱਤੀ ਗੁਰਬਚਨ ਸਿੰਘ ਨੇ ਜੀ, ਅਤੇ ਆਪ ਹੁਦਰੀਆਂ ਬਹੁਤ ਸਾਰੀਆਂ ਕੀਤੀਆਂ, ਅਤੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਤਨਾਮ ਸਿੰਘ ਖੰਡਾ ਦੀ ਅਗਵਾਈ ਵਾਲੇ ਜੀ, ਉਹਨਾਂ ਨੇ ਅਕਾਲ ਤਖ਼ਤ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਤਲਬ ਕੀਤਾ ਹੈ ਜੀ। ਉਹ ਕਮਾਲ ਆ, ਪੰਜ ਪਿਆਰੇ ਜਿਹੜੀ ਸਾਡੀ ਕੌਮ ਦੀ ਅਗਵਾਈ ਕਰਨ ਵਾਲੇ ਆ, ਜਿਹਨਾਂ ਨੂੰ ਮਾਣ ਸਨਮਾਨ ਅਸੀਂ ਗੁਰੂ ਸਾਹਿਬ ਦੇ ਬਰਾਬਰ ਦਾ ਦੇ ਰਹੇ ਹਾਂ ਜੀ, ਉਹ ਪੰਜ ਪਿਆਰੇ ਸਾਹਿਬਾਨਾਂ ਨੇ ਜਦੋਂ ਤਲਬ ਕੀਤਾ, ਇਸ ਸ਼੍ਰੋਮਣੀ ਕਮੇਟੀ ਨੇ, ਬਾਦਲਾਂ ਦੀ ਕਮੇਟੀ ਨੇ ਉਹ ਪੰਜ ਪਿਆਰੇ ਸ਼੍ਰੋਮਣੀ ਕਮੇਟੀ ਤੋਂ ਸਸਪੈਂਡ ਕਰਤੇ ਆ। ਵੇਖੋ, ਸਾਡੇ ਸਿਧਾਂਤ ਦੀਆਂ ਧੰਜੀਆਂ ਉਡਾ ਕੇ, ਮਰਿਆਦਾ ਦੀਆਂ ਧੰਜੀਆਂ ਉਡਾ ਕੇ, ਉਲਟਾ ਪੰਜ ਪਿਆਰੇ ਹੀ ਜਿਹੜੇ ਆ ਸਸਪੈਂਡ ਕਰਤੇ, ਕਿਉਂਕਿ ਇਹਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਤਲਬ ਕੀਤਾ ਹੈ। ਅਸਲ ਵਿੱਚ ਇਹ ਵੀ ਬਣਦਾ ਸੀ ਕਿ ਪੰਜ ਪਿਆਰੇ ਸਾਹਿਬਾਨ ਤੁਰੰਤ ਜਥੇਦਾਰ ਜ਼ਿੰਮੇਵਾਰ ਸੀ, ਜਥੇਦਾਰ ਨੂੰ ਪੂਰੀ ਕੌਮ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ, ਉਹਨੇ ਆਪਣੀਆਂ ਅੱਖਾਂ ਦੇ ਸਾਹਮਣੇ ਨਰਾਦਰੀ ਕਰਵਾਈ ਆ, ਤੁਰੰਤ ਤਲਬ ਕਰਦੇ ਅਤੇ ਉਹਨੂੰ ਤਨਖਾਹ ਲਾਉਂਦੇ। ਅੱਜ ਵੀ ਮੈਂ ਕਹਿੰਦਾ ਕਿ ਜਥੇਦਾਰ ਖੁਦ ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਇਹਦੀ ਮਾਫ਼ੀ ਮੰਗੇ। ਉਸ ਦਿਨ ਹੀ ਸਿਧਾਂਤ ਮੁਤਾਬਕ, ਮਰਿਆਦਾ ਮੁਤਾਬਕ ਜਥੇਦਾਰ ਉਸੇ ਟਾਈਮ ਹੀ ਲਾਉਣਾ ਚਾਹੀਦਾ ਸੀ ਕਿ ਇਹਨੇ ਨਰਾਦਰੀ ਬਾਣੀ ਦੀ ਕੀਤੀ। ਇਸ ਕਰਕੇ ਨਹੀਂ ਕਿ ਰਾਘਵ ਚੱਡੇ ਦੀ ਮੰਗਣੀ 'ਤੇ ਕਿਉਂ ਗਿਆ, ਇਹਦਾ ਕੋਈ ਮੁੱਦਾ ਨਹੀਂ ਗਾ ਜੀ, ਕਿਉਂਕਿ ਰਾਘਵ ਚੱਡਾ ਇੱਕ ਹਿੰਦੂ ਪਰਿਵਾਰ ਦਾ ਬਿਲੋਂਗ ਕਰਦਾ, ਸਾਨੂੰ ਕੋਈ ਹਿੰਦੂ ਵੀਰ ਵਿਆਹ 'ਤੇ ਸਾਦਾ 'ਤੇ ਅਸੀਂ ਜਾਣਾ ਜਾਣਾ, ਜੇ ਕੋਈ ਮੁਸਲਮਾਨ ਵੀਰ ਸਾਦਾ ਅਸੀਂ ਜਾਵਾਂਗੇ ਜੀ, ਕੋਈ ਹੋਰ ਵੀਰ ਧਰਮ ਵਾਲਾ ਬੋਧੀ ਜਾਣੀ ਸਾਨੂੰ ਸਾਦਾ 'ਤੇ ਅਸੀਂ ਜਾਵਾਂਗੇ, ਪਰ ਉੱਥੇ ਜਾ ਕੇ ਆਪਣੀ ਗੁਰਬਾਣੀ ਦਾ ਨਰਾਦਰ ਹੁੰਦਾ ਵੇਖ ਕੇ ਜਰਾਂਗੇ ਤਾਂ ਅਸੀਂ ਕੌਮ ਦੇ ਗੁਨਾਹਦਾਰ ਹਾਂ। ਹੁਣ ਮੰਗਣੀ 'ਤੇ ਜਾਣਾ ਕੋਈ ਗੁਨਾਹ ਨਹੀਂ ਸੀ, ਪਰ ਉੱਥੇ ਜੋ ਕਾਰਾ ਕੀਤਾ ਕੀਰਤਨੀਏ ਨੇ ਅਤੇ ਜਥੇਦਾਰ ਨੇ, ਇਹ ਦੋਨੇ ਗੁਨਾਹ, ਇਹਨਾਂ ਨੇ ਜਥੇਦਾਰ ਜੀ ਨੇ ਗੁਨਾਹ ਕੀਤਾ, ਔਰ ਰਾਗੀ ਜਥੇ ਦੇ ਸਮੇਤ ਜਥੇਦਾਰ ਨੂੰ ਉਸੇ ਦਿਨ ਤੁਰੰਤ ਤਲਬ ਕਰਕੇ ਤਨਖਾਹ ਲਾਉਣੀ ਚਾਹੀਦੀ, ਇਹਦਾ ਤੁਰੰਤ ਹੀ ਜਥੇਦਾਰੀ ਤੋਂ ਲਾਉਣਾ ਚਾਹੀਦਾ ਸੀ। ਫਿਰ ਉਹਦੇ ਮੁੱਦੇ ਬਹੁਤ ਸਾਰੇ ਜਿਹੜੇ ਬਾਦਲਾਂ ਦੇ ਜਥੇਦਾਰ ਸਾਹਿਬ ਕੋਲ ਆ, ਜਥੇਦਾਰ ਸਾਹਿਬ ਵੀ ਹੁਣ ਕਹਿੰਦਾ ਵੀ ਕਰੋ ਤਲਬ। ਹੁਣ ਇਹਦਾ ਕਾਰਨ ਆ ਕਿ ਜੇ ਤਾਂ ਜਥੇਦਾਰ ਨਾ ਉਹ ਰੀਤੀ ਵਰਤਦੇ ਤੇ ਜਥੇਦਾਰ ਇਹਨਾਂ ਨੂੰ ਪਤਾ ਕਿ ਜਦੋਂ ਲਾਹ ਦਿੰਦੇ ਅਸੀਂ ਉਦੋਂ ਬਾਅਦ ਸਾਡੇ ਕੋਲ ਬਹੁਤ ਸਾਰੇ ਖੋਲਦੇ ਆ, ਜਿਵੇਂ ਪਿੱਛੇ ਜੇ ਗਿਆਨੀ ਗੁਰਬਚਨ ਸਿੰਘ ਨੇ ਖੋਲੇ ਜੀ, ਉਹ ਆਉਂਦਾ ਵੀ ਇਹ ਤਾਂ ਬਾਦਲਾਂ ਨੇ ਆਪਦੀ ਕੋਠੀ ਵਿੱਚ ਸੱਦੇ ਜਥੇਦਾਰ, ਸੱਦ ਕੇ ਹੁਕਮ ਜਥੇਦਾਰਾਂ ਨੂੰ ਬਾਦਲਾਂ ਨੇ ਦਿੱਤਾ ਵੀ ਸੌਦਾ ਸਾਧ ਨੂੰ ਮਾਫ਼ ਕਰੋ ਜੀ, ਜਾਂ ਮਾਫ਼ ਕਰੋ ਅਤੇ ਜਾਂ ਭਾਈ ਘਰਾਂ ਨੂੰ ਜਾਓ। ਅਤੇ ਹੁੰਦੀ ਵੀ ਇਵੇਂ ਰਹੀ ਆ, ਜਦੋਂ ਜਥੇਦਾਰ ਨੂੰ ਲਾਉਂਦੇ ਸੀ ਤੁਰੰਤ ਜਿਪਸੀ, ਤੁਰੰਤ ਗੰਨਮੈਨ ਸਾਰੇ ਖੋ ਕੇ ਅਤੇ ਤੋਰ ਕੇ ਜਥੇਦਾਰ ਨੂੰ ਘੱਲਦੇ, ਅੱਜ ਤੱਕ ਕਿਸੇ ਜਥੇਦਾਰ ਨੂੰ ਲਾਲ ਬੱਤੀ ਵਾਲੀ ਗੱਡੀ ਦੇ ਘਰੇ ਨਹੀਂ ਛੱਡ ਕੇ ਆਏ।
ਇਸ ਕਰਕੇ ਇਹਨਾਂ ਦਾ ਫਿਰ ਸਮਝੌਤਾ ਹੋ ਗਿਆ ਵੀ ਤੈਨੂੰ ਉਹ ਜਥੇਦਾਰੀ ਦੇ ਛੱਡਾਂਗੇ ਭਾਈ, ਗੁੱਸਾ ਇਹਨਾਂ ਨੂੰ ਮਰਿਆਦਾ ਦਾ ਨਹੀਂ ਗਾ। ਤੁਹਾਨੂੰ ਲੱਗਦਾ ਵੀ ਦਮਦਮਾ ਸਾਹਿਬ ਵਾਲੀ ਜਿਹੜੀ ਜਥੇਦਾਰੀ ਹੈ ਉਹ ਇਸੇ ਕਰਕੇ ਬਾਕੀ ਰਹਿਣ ਦਿੱਤੀ ਜਥੇਦਾਰ ਸਾਹਿਬ ਕੋਲ? ਇਸੇ ਕਰਕੇ ਜੀ, ਜਥੇਦਾਰ ਨੇ ਬਹੁਤ ਸਾਰੇ ਕੰਮ ਬਾਦਲਾਂ ਦੇ ਹੱਕ 'ਚ ਕੀਤੇ ਆ। ਤੁਹਾਨੂੰ ਯਾਦ ਹੋਵੇ ਜਥੇਦਾਰ ਨੇ ਸਭ ਤੋਂ ਪਹਿਲਾਂ ਇੱਕ ਮਹਾਨ ਕੰਮ ਕੀਤਾ ਹੈ। ਹੁਣ ਥੋੜ੍ਹੇ ਦਿਨ ਹੋ ਗਏ ਇੱਕ ਬਿਆਨ ਲਾਇਆ ਜਥੇਦਾਰ ਨੇ ਜੀ, ਉਹ ਦੋਨਾਂ ਦੇ ਆਪਸ ਵਿੱਚ ਮੇਲ ਕੀ ਹੈ? ਜਥੇਦਾਰਾਂ ਦਾ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਪਰ ਇਕੱਠੇ ਬਾਦਲਾਂ ਦੇ ਝੰਡੇ ਥੱਲੇ ਹੋਣਾ ਚਾਹੀਦਾ। ਉਸ ਤੋਂ ਪਹਿਲਾਂ ਜਥੇਦਾਰ ਜੀ ਜਿਹੜੀ ਕੌਮ ਦੀਆਂ ਇਕੱਠੀ ਹੋਣ ਦੀਆਂ ਗੱਲਾਂ ਕਰਦਾ, ਜਿਹੜੀ ਕੌਮ ਨੂੰ ਅੱਜ ਕਰ ਰਿਹਾ ਕਹਿ ਰਿਹਾ ਕਿ ਕੌਮ ਬੜੀ ਸੰਕਟ ਵਿੱਚ ਆ, ਕੌਮ ਬੜੀ ਦੁੱਖਾਂ ਵਿੱਚ ਆ, ਕੌਮ ਬਹੁਤ ਅੱਜ ਦੁੱਖ ਚੱਲ ਰਹੀ ਆ, ਜਥੇਦਾਰ ਉਸ ਕੌਮ ਨੂੰ ਵਾਸਤਾ ਪਾ ਕੇ ਇਕੱਠੇ ਕਰਨ ਦੀ ਗੱਲ ਕੀਤੀ ਆ। ਜਥੇਦਾਰ ਹਰਪ੍ਰੀਤ ਸਿੰਘ ਨੇ ਪਹਿਲਾਂ ਇਹੀ ਜਥੇਬੰਦੀਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਭੰਗ ਕੀਤਾ ਹੈ। ਇਹ ਸਾਡੀ ਕੌਮ ਦੀਆਂ ਜਥੇਬੰਦੀਆਂ ਨਹੀਂ। ਉਹ ਜਥੇਬੰਦੀਆਂ ਕਿਹੜੀਆਂ ਸੀ? ਜਿਹੜੀਆਂ ਕੇਵਲ ਗੱਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਦੀ ਕਰਦੀਆਂ ਸੀ, ਉਹ ਸਾਰੀਆਂ ਜਥੇਬੰਦੀਆਂ ਜਥੇਦਾਰ ਦੇ ਬਿਆਨ ਨਾਲ ਤਲਬ ਹੋਈਆਂ। ਅਤੇ ਜਦੋਂ ਗੱਲ ਕਿਤੇ ਸਤਿਕਾਰ ਦੀ ਕਰਦੇ ਸੀ, ਲੋਕ ਕਹਿੰਦੇ ਤੁਸੀਂ ਤਾਂ ਅਕਾਲ ਤਖ਼ਤ ਤੋਂ ਭੰਗ ਕੀਤੀਆਂ ਹੋਈਆਂ ਜਥੇਬੰਦੀਆਂ, ਤੁਸੀਂ ਕੌਣ ਹੈ? ਮਸਲਾ ਇਸ ਗੱਲ ਦਾ, ਬਹੁਤ ਸਾਰੀਆਂ ਇਹਨਾਂ ਨੇ ਉਹਨਾਂ ਦੇ ਹੱਕ ਦੀਆਂ ਗੱਲਾਂ ਕੀਤੀਆਂ। ਕਮਾਲ ਦੀ ਗੱਲ ਹੈ, ਜਥੇਦਾਰ ਨੇ ਇੱਕ ਵਾਰ ਇਹ ਵੀ ਕਿਹਾ ਸੀ ਕਿ ਅਕਾਲੀ ਲੀਡਰਾਂ ਨੂੰ ਮੈਂ ਕਹਿੰਦਾ, ਇਹਨਾਂ ਨੂੰ ਵਰਕਰਾਂ ਨੂੰ ਕਹਿੰਦਾ ਕਿ ਜੇ ਕੋਈ ਤੁਹਾਡੇ ਵਿਰੁੱਧ ਬੋਲਦਾ ਤਾਂ ਡਾਂਗਾਂ ਖਰੀਦੋ ਅਤੇ ਇਹਨਾਂ ਦੇ ਸਿਰ ਭੰਨ ਦਿਓ। ਹੁਣ ਇਹੋ ਜਿਹੀ ਵਫ਼ਾਦਾਰੀ ਕਰਨ ਵਾਲਾ ਜਥੇਦਾਰ ਤਾਂ ਫਿਰ ਗੋਲ ਮੋਲ ਹੀ ਲਾਉਣਾ ਸੀ, ਸਿੱਧਾ ਤਾਂ ਲਾ ਨਹੀਂ ਸੀ ਸਕਦੇ। ਦੂਸਰਾ ਪਾਸਾ ਹੈਗਾ ਜੇ ਇਹਨਾਂ ਦੀ ਗੱਲ ਕਰੀਏ ਆਪਾਂ ਕਿ ਜਥੇਦਾਰਾਂ ਦੇ ਵਿੱਚ ਅੱਜ ਸਭ ਤੋਂ ਵੱਡੀ ਨਾਕਾਮੀ ਕੀ ਆ? ਅੱਜ ਹੁਣ ਅਕਾਲੀ ਦਲ ਵੀ ਭੱਜਿਆ ਫਿਰਦਾ, ਨਸ਼ਿਆਂ ਦੇ ਵਿਰੁੱਧ ਬੋਲ ਰਿਹਾ, ਹੋਰ ਛੋਟੀਆਂ ਮੋਟੀਆਂ ਜਥੇਬੰਦੀਆਂ ਬਾਬੇ ਵੀ ਬੋਲ ਰਹੇ ਆ। ਸਾਡੀ ਕੌਮ ਦੇ ਅੰਦਰ ਨੌਜਵਾਨਾਂ ਨੇ ਧੜਾ ਧੜ ਕੇਸ ਕਟਾਏ, ਇੱਥੇ ਵੀ ਬੋਲ ਰਹੇ ਆ। ਉਹ ਦੁੱਖ ਕੇਵਲ ਸਟੇਜ ਦਾ ਦੁੱਖ ਆ, ਉਹ ਦੁੱਖ ਸਟੇਜ 'ਤੇ ਆ। ਜੇ ਅੰਦਰ ਇੰਨੇ ਦੁੱਖ ਹੁੰਦਾ ਨਾ, ਜੇ ਅੰਦਰ ਦੀਆਂ ਭਾਵਨਾ ਹੁੰਦੀਆਂ ਕਿ ਸਾਡੀ ਕੌਮ ਜਿਹੜੀ ਇਕੱਠੀ ਹੋਵੇ, ਅਤੇ ਇਕੱਠੀ ਜਥੇਦਾਰ ਜੀ ਇੱਕੋ ਹੀ ਤਰੀਕਾ ਇਕੱਠੀ ਕਰਨ ਦਾ, ਉਹ ਹੈਗੀ ਹੈ ਸਾਡੇ ਕੋਲ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ। ਹੁਣ ਅੱਜ ਤੱਕ ਗਿਆਨੀ ਗੁਰਬਚਨ ਸਿੰਘ ਨੇ, ਗਿਆਨੀ ਪੂਰਨ ਸਿੰਘ ਨੇ, ਗਿਆਨੀ ਜੋਗਿੰਦਰ ਸਿੰਘ ਨੇ ਜਾਂ ਹਰਪ੍ਰੀਤ ਸਿੰਘ ਨੇ ਇੱਕ ਵੀ ਜਗ੍ਹਾ 'ਤੇ ਕਿਤੇ ਜਾ ਕੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਕੀਤੀ ਹੋਵੇ? ਅਕਾਲ ਤਖ਼ਤ ਦੀ ਮਰਿਆਦਾ ਦੀ ਰਾਖੀ ਕਰਨ ਵਾਸਤੇ ਜਥੇਦਾਰ ਲਾਇਆ ਜਾਂਦਾ ਹੈ, ਅਤੇ ਜਥੇਦਾਰ ਅਕਾਲ ਤਖ਼ਤ ਦੀ ਮਰਿਆਦਾ ਨੂੰ ਆਪ ਧੰਜੀਆਂ ਉਡਾਉਂਦੇ ਨੇ। ਜਥੇਦਾਰ ਦਾ ਆਪ ਦਾ ਇਹਦਾ ਬਿਆਨ ਹੈ ਜੀ, ਜਥੇਦਾਰ ਦਾ ਹਰਪ੍ਰੀਤ ਸਿੰਘ ਦਾ ਬਿਆਨ ਸੀ ਕਿ ਇਹਨਾਂ ਨੇ ਨਾਨਕਸਰੀਆਂ ਲੁੰਬਲ ਕੀਤੀ। ਹੁਣ ਜਿਹੜੀ ਨਾਨਕਸਰੀਆਂ ਦੀ ਗੱਲ ਹੈ, ਅਕਾਲ ਤਖ਼ਤ ਦੀ ਮਰਿਆਦਾ ਤੋਂ ਕੋਹਾਂ ਦੂਰ ਹੈ। ਜਿਹੜਾ ਅਕਾਲ ਤਖ਼ਤ ਦੀ ਮਰਿਆਦਾ ਨੂੰ ਮੰਨਦਾ ਨਹੀਂ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਵਿਰੋਧੀ ਆ, ਅਕਾਲ ਤਖ਼ਤ ਦੇ ਸਿਧਾਂਤ ਦਾ ਵਿਰੋਧੀ ਆ, ਨਿਸ਼ਾਨ ਸਾਹਿਬ ਦਾ ਵਿਰੋਧੀ ਆ, ਦੇਗ ਦਾ ਵਿਰੋਧੀ ਆ, ਕਿਰਪਾਨ ਦਾ ਵਿਰੋਧੀ ਆ, ਤੇਗ ਦਾ ਵਿਰੋਧੀ ਆ, ਨਾਨਕਸਰ ਡੇਰਾ। ਹੁਣ ਸਿੱਖ ਨਾਨਕਸਰ ਡੇਰੇ ਨਾਲ ਸਾਰੀਆਂ ਚੀਜ਼ਾਂ ਦਾ ਵਿਰੋਧੀ ਹੈ, ਸਾਰੀਆਂ ਚੀਜ਼ਾਂ ਦਾ ਵਿਰੋਧੀ ਆ। ਹੁਣ ਸਿੱਖ ਸਿਧਾਂਤ ਦਾ ਜਿਹੜਾ ਵਿਰੋਧੀ ਬੰਦਾ ਹੈ, ਇਹ ਉਹਨਾਂ ਦੀ ਹਮਾਇਤ 'ਤੇ ਖੜ ਕੇ ਜਿਹੜੀ ਅਕਾਲ ਤਖ਼ਤ ਦੇ ਜਥੇ ਦਾ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ 'ਤੇ ਪਹਿਰਾ ਦੇ ਰਹੀਆਂ ਜਥੇਬੰਦੀਆਂ ਨੂੰ ਭੰਗ ਕਰਦਾ ਅਤੇ ਕਹਿੰਦਾ ਉਹਨਾਂ ਵੱਲ ਉਂਗਲ ਨਾ ਕਰਿਓ। ਹੁਣ ਜੇ ਅਕਾਲ ਤਖ਼ਤ ਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਭਗੌੜੇ ਲੋਕਾਂ ਦੀ ਗੱਲ ਕਰੂਗਾ, ਤਾਂ ਫਿਰ ਮਰਿਆਦਾ ਲਾਗੂ ਕੌਣ ਕਰਾਊ? ਮਸਲਾ ਤਾਂ ਇਹ ਆ ਵੀ ਫਿਰ ਮਰਿਆਦਾ ਨੂੰ ਲਾਗੂ ਹੀ ਕੌਣ ਕਰਾਊਗਾ? ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਲਾਗੂ ਕਰਾਉਣ ਵਾਸਤੇ ਅਕਾਲ ਤਖ਼ਤ ਦੇ ਜਥੇਦਾਰ ਦੀ ਸਭ ਤੋਂ ਮੁੱਢਲੀ ਅਤੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਸਵਾਲ ਹੁਣ ਇਹ ਵੀ ਖੜ੍ਹਾ ਹੋ ਜਾਂਦਾ, ਫਿਰ ਮਰਿਆਦਾ ਜਿਵੇਂ ਤੁਸੀਂ ਕਿਹਾ ਕੌਣ ਲਾਗੂ ਕਰਾਊਗਾ, ਫਿਰ ਕਿੱਦਾਂ ਹੋ ਸਕਦਾ? ਕਿਉਂਕਿ ਜਿਹੜੀ ਵੀ ਗੱਲ, ਜਿਹੜਾ ਵੀ, ਜੇ ਪੰਜ ਪਿਆਰੇ ਸਾਹਿਬਾਨ ਆਪਣਾ ਸਹੀ ਫਰਜ਼ ਨਿਭਾਉਂਦੇ ਆ, ਬਣਦਾ ਫਰਜ਼ ਨਿਭਾਇਆ ਭਾਈ ਸਤਨਾਮ ਸਿੰਘ ਖੰਡਾ ਹੋਰਾਂ ਨੇ, ਉਹਨਾਂ ਨੂੰ ਚੱਕ ਕੇ ਲਾਂਭੇ ਕਰ ਦਿੱਤਾ ਗਿਆ। ਜੇਕਰ ਕੋਈ ਜਥੇਦਾਰ ਅਜਿਹੀ ਗੱਲ ਕਰ ਦਿੰਦਾ ਜਿਹੜੀ ਬਾਦਲਾਂ ਦੇ ਮੇਚ ਨਹੀਂ ਆਉਂਦੀ, ਬਾਦਲਾਂ ਦੇ ਫਿੱਟ ਨਹੀਂ ਆਉਂਦੀ, ਤਾਂ ਜਥੇਦਾਰ ਲਾਂਭੇ ਕਰ ਦਿੱਤਾ ਜਾਂਦਾ, ਫਿਰ ਜਿਹੜੀਆਂ ਬਣਦੀਆਂ ਜ਼ਿੰਮੇਵਾਰੀਆਂ ਨੇ, ਬਣਦੇ ਫਰਜ਼ ਨੇ, ਉਹ ਕੋਈ ਜਥੇਦਾਰ ਕਿੱਦਾਂ ਨਿਭਾ ਸਕੂਗਾ? ਸਵਾਲ ਇਹ ਵੀ ਖੜ੍ਹਾ ਹੁੰਦਾ ਭਾਈ ਸਾਹਿਬ। ਵੇਖੋ, ਜਦੋਂ ਸਾਨੂੰ ਇੱਕ ਧਿਰ ਦਾ ਡਰ ਹੋਵੇ ਤਾਂ ਸਾਨੂੰ ਦੂਜੀ ਧਿਰ ਜਿਹੜੀ ਪ੍ਰਪਾਕਾ ਖੜੀ ਕਰਨੀ ਪੈਂਦੀ ਆ। ਜਿਹੜੀ ਪ੍ਰਪਾਕ ਧਿਰ ਨੂੰ ਤਾਂ ਆਉਂਦਾ ਬੰਦ ਕਰਤਾ ਜੀ, ਉਹਨਾਂ ਦੇ ਪਾਬੰਦੀਆਂ ਲਾਤੀਆਂ, ਗੱਲ ਹੀ ਨਹੀਂ ਕਰ ਸਕਦੇ ਸਿੱਖੀ ਦੀ। ਸਿੱਖੀ ਦੀ ਗੱਲ ਕੌਣ ਕਰ ਸਕਦਾ ਜਿਹੜੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਮੰਨਦੇ ਨਹੀਂ? ਹੁਣ ਮਸਲਾ ਹੈ, ਜਿਹੜਾ ਤੁਹਾਡਾ ਸਵਾਲ ਆ ਵੀ ਇਕੱਠੇ ਕਿਵੇਂ ਹੋਣਗੇ, ਉਹ ਗੱਲ ਕਿਵੇਂ ਕਰਨਗੇ? ਵੇਖੋ, ਜਿਹੜਾ ਸਿਧਾਂਤ ਆ ਅਕਾਲ ਤਖ਼ਤ ਜਥੇਦਾਰ ਦਾ,
ਅਕਾਲ ਤਖ਼ਤ ਦਾ ਜਥੇਦਾਰ ਬਣਾਉਣ ਤੋਂ ਕੁਛ ਸਮਾਂ ਪਹਿਲਾਂ ਐਲਾਨ ਹੋਣਾ ਚਾਹੀਦਾ ਹੈ ਕਿ ਭਾਈ ਅਸੀਂ ਆਹ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਉਣ ਲੱਗੇ ਹਾਂ, ਇਹਦੀ ਅਗਲੀ ਨਿਯੁਕਤੀ ਕਰਨੀ ਹੈ, ਕਿਸੇ ਦੀ ਜ਼ਮੀਨ ਤਾਂ ਨਹੀਂ ਨੱਪੀ, ਕਿਸੇ ਦੀ ਪੈਲੀ ਤਾਂ ਨਹੀਂ ਨੱਪੀ, ਕਿਸੇ ਨੇ ਇਹਨੇ ਹੋਰ ਕੋਈ ਆਰੋਪ ਤਾਂ ਨਹੀਂ ਇਸ ਬੰਦੇ 'ਤੇ ਜਿਹੜੇ ਕਿ ਅਕਾਲ ਤਖ਼ਤ ਦਾ ਜਥੇਦਾਰ ਬਣਨ ਤੋਂ ਬਾਅਦ ਸਾਹਮਣੇ ਆ ਜਾਣ। ਉਹਨੇ ਕੌਮ ਵਾਸਤੇ ਕੀ ਕੀਤਾ? ਬਿਲਕੁਲ, ਉਹਨੇ ਜਥੇਦਾਰ ਨੇ ਕੌਮ ਵਾਸਤੇ ਕੀ ਕੀਤਾ ਭਾਈ ਇਹ ਵੀ ਦੱਸਿਆ ਜਾਵੇ। ਅੱਜ ਉਹ ਆ ਰਿਹਾ ਇੱਕ ਸੁਲਤਾਨ ਸਿੰਘ ਨਵਾਂ ਜਿਹੜਾ ਜਥੇਦਾਰ ਲਾ ਰਹੇ ਆ, ਸੁਲਤਾਨ ਸਿੰਘ ਨੂੰ ਕੋਈ ਵੀ ਨਹੀਂ ਜਾਣਦਾ, ਸੁਲਤਾਨ ਸਿੰਘ ਦੀ ਜਥੇ ਕੌਮ ਪ੍ਰਤੀ ਕੀ ਸੇਵਾ, ਕਿਹੜੀ ਕੁਰਬਾਨੀ ਹੈ, ਉਹ ਸਾਰਾ ਕੁਛ ਅੱਜ ਮਲੀਆ ਮੇਟ ਹੋ ਗਿਆ। ਜਿਹੜਾ ਸਾਡਾ ਸਿਧਾਂਤ ਇਹ ਆਉਂਦਾ ਕਿ ਜਿਹਦੀ ਸਭ ਤੋਂ ਵੱਡੀ ਕੁਰਬਾਨੀ ਹੈ ਉਹਨੂੰ ਅਕਾਲ ਤਖ਼ਤ ਦਾ ਜਥੇਦਾਰ ਲਾਇਆ ਜਾਵੇ, ਜਿਹਦੀ ਕੁਰਬਾਨੀ ਬਾਦਲਾਂ ਦੇ ਪ੍ਰਤੀ ਆ ਹੁਣ ਜਥੇਦਾਰ ਉਹ ਲਾਇਆ ਜਾਂਦਾ। ਹੁਣ ਜਿਹੜੀ ਗੱਲ ਅੱਜ ਤਾਜ਼ਾ ਰੌਲਾ ਕੌਮ ਦੇ ਅੰਦਰ ਹੈ, ਰੌਲਾ ਇਹ ਆ ਕਿ ਹਰਪ੍ਰੀਤ ਸਿੰਘ ਨੂੰ ਲਾ ਕੇ ਰੰਗਬੀਰ ਸਿੰਘ ਨੂੰ ਜਥੇਦਾਰ ਲਾ ਦਿੱਤਾ ਹੈ। ਰੰਗਬੀਰ ਸਿੰਘ ਕੌਣ ਨੇ? ਜਿਹੜੇ ਪਹਿਲਾਂ ਹੀ ਜਥੇਦਾਰ ਅਨੰਦਪੁਰ ਸਾਹਿਬ ਦੇ ਨੇ, ਅਤੇ ਅਨੰਦਪੁਰ ਸਾਹਿਬ ਦੀ ਜਥੇਦਾਰੀ ਨਿਭਾਉਂਦੇ ਉਹ ਕਿਹੜੀ ਕੁਰਬਾਨੀ ਕੀਤੀ ਆ, ਉਹ ਕਿਹੜਾ ਬਹੁਤ ਵੱਡਾ ਕੌਮ ਦੇ ਅੰਦਰ ਰੋਲ ਨਿਭਾਇਆ, ਬਹੁਤ ਸਾਰੇ ਲੋਕਾਂ ਨੂੰ ਅੰਮ੍ਰਿਤ ਛਕਾਇਆ, ਉਹ ਕਿਹੜਾ ਕੰਮ ਕੀਤਾ ਕਿ ਉਸ ਜਥੇਦਾਰੀ ਤੋਂ ਲਾ ਕੇ ਅਸੀਂ ਉਹਨੂੰ ਉਤਲਾ ਪਦ ਦੇ ਰਹੇ ਹਾਂ, ਉੱਤੇ ਉਹਨੂੰ ਬਰਾਜਮਾਨ ਉਦੋਂ ਉਹਦੇ ਵੱਡੇ ਅਹੁਦੇ 'ਤੇ ਕਰ ਰਹੇ ਹਾਂ, ਉਹ ਕਿਹੜੀ ਕੁਰਬਾਨੀ ਸੀ? ਹਾਂ, ਇੱਕ ਜ਼ਰੂਰ ਸੀ ਕਿ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਦਰਬਾਰ ਕੇਸਗੜ੍ਹ ਸਾਹਿਬ ਇੱਕ ਦੁਸ਼ਟ ਵੱਲੋਂ ਬੀੜੀ ਪੀਤੀ ਜਾਂਦੀ ਆ, ਉਹ ਬੀੜੀ ਪੀਣ ਤੋਂ ਬਾਅਦ ਸਵਾਲ ਹੁੰਦਾ ਕਿ ਜਥੇਦਾਰ ਜੀ ਤੁਸੀਂ ਇਹਨੂੰ ਝਟਕਾਇਆ ਨਹੀਂ, ਤੇ ਜਥੇਦਾਰ ਦਾ ਜਵਾਬ ਵੇਖੋ ਕੁਰਬਾਨੀ ਭਰਿਆ, ਕਹਿੰਦਾ ਮੇਰੇ ਤੇ ਪਰਚਾ ਹੋ ਜਾਣਾ ਸੀ। ਇਹੋ ਜਿਹੇ ਜਥੇਦਾਰ ਨੂੰ ਤੁਰੰਤ ਲਾਹ ਦੇਣਾ ਚਾਹੀਦਾ ਸੀ, ਗੁਰੂ ਦੇ ਸਾਹਮਣੇ ਨਰਾਦੀ ਹੋ ਜਾਂਦੀ ਹੋਵੇ ਤੇ ਤੁਸੀਂ ਇੱਕ ਪਰਚੇ ਤੋਂ ਡਰਦੇ ਹੋਵੋ, ਤੇ ਉਦਾਂ ਤੁਸੀਂ ਕਹਿੰਦੇ ਅਸੀਂ ਵਾਰਸ ਕੌਮ ਦੇ ਹਾਂ, ਉਹ ਤੁਸੀਂ ਬਾਬਾ ਦੀਪ ਸਿੰਘ ਵਾਂਗੂ ਫਿਰ ਤੇ ਸੀਸ ਆ ਜਿਹੜਾ ਤਲੀ ਤੇ ਧਰਨਾ ਪਵੇਗਾ? ਜਿਹੜਾ ਕੌਮ ਦਾ ਜਥੇਦਾਰ ਹੈ ਜੇ ਪਰਚੇ ਤੋਂ ਡਰਦਾ ਹੋਇਆ ਤੇ ਕੌਮ ਨੂੰ ਕਿੱਥੋਂ ਦੱਸੋ ਸੰਭਾਲ ਲੂਗਾ? ਇਸ ਕਰਕੇ ਇਹਨੂੰ ਤਾਂ ਉੱਥੋਂ ਵੀ ਲਾਉਣਾ ਚਾਹੀਦਾ ਸੀ, ਇਹਨਾਂ ਨੇ ਚੱਕ ਕੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ। ਹੁਣ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੈ ਜੀ, ਉਹ ਸ਼੍ਰੋਮਣੀ ਕਮੇਟੀ ਬਣਾਉਂਦੀ ਹੈ ਪੰਜਾਬ ਵਾਲੀ, ਜਿਹੜੀ ਪੰਜਾਬ ਦੇ ਅੰਦਰ ਸ਼੍ਰੋਮਣੀ ਕਮੇਟੀ ਹੈ, ਕੇਵਲ ਉਹ ਜਥੇਦਾਰ ਉਹਨੂੰ ਥਾਪ ਦਿੰਦੀ ਹੈ। ਉਹ ਕੀ ਕਹਿੰਦੀ ਕਿ ਜਿਹੜਾ ਪ੍ਰਬੰਧ ਆ ਹਰਿਮੰਦਰ ਸਾਹਿਬ ਦਾ, ਦਰਬਾਰ ਸਾਹਿਬ ਦਾ ਪ੍ਰਬੰਧ ਹੈ ਸਾਡੇ ਹੱਥ 'ਚ ਤੇ ਅਸੀਂ ਲਾਉਣਾ। ਅਸਲ ਵਿੱਚ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਕੇਵਲ ਜਥੇਦਾਰ ਕੋਲੇ ਹੁੰਦਾ ਤੇ ਜਥੇਦਾਰ ਕੌਮ ਨੇ ਲਾਉਣਾ ਹੁੰਦਾ। ਮੰਨ ਲੈਂਦੇ ਅਸੀਂ ਸ਼੍ਰੋਮਣੀ ਕਮੇਟੀ ਆ ਜਿਹੜੀ ਲੋਕਾਂ ਨੇ ਵੋਟਾਂ ਪਾ ਕੇ ਬਹੁਮਤ ਦੇ ਕੇ ਬਣਾਈ ਹੁੰਦੀ ਆ, ਇਹ ਜਿਹੜੀ ਪੰਜਾਬ ਵਾਲੀ ਬਣਦੀ ਇਹ ਤਾਂ ਮੈਨੂੰ ਪਤਾ ਹੈ, ਮੇਰੀ 44 ਸਾਲ ਦੀ ਉਮਰ ਹੋ ਚੁੱਕੀ, ਮੈਂ ਵੋਟ ਨਹੀਂ ਪਾਈ ਅੱਜ ਤੱਕ, ਕਿਉਂਕਿ ਮੇਰੀ ਵੋਟ ਪਹਿਲਾਂ ਕਟਾਈ ਹੁੰਦੀ ਆ। ਵੋਟਾਂ ਭਈਏ ਪਾ ਜਾਂਦੇ ਆ ਬਿਹਾਰ ਦੇ, ਇੱਥੇ ਮੋਨੇ ਮੁੰਡਿਆਂ ਦੀਆਂ ਵੋਟਾਂ ਪੈਂਦੀਆਂ, ਨਸ਼ਈ ਬੰਦਿਆਂ ਦੀਆਂ ਵੋਟਾਂ ਪੈ ਜਾਂਦੀਆਂ, ਪਰ ਗੁਰਸਿੱਖ ਦੀਆਂ ਵੋਟਾਂ ਨਹੀਂ ਪੈਣ ਦਿੰਦੇ, ਕਿਉਂਕਿ ਗੁਰਸਿੱਖ ਨੇ ਇਹਨਾਂ ਦੇ ਵਿਰੁੱਧ ਭੁਗਤਣਾ ਹੁੰਦਾ, ਇਹਨਾਂ ਦੀਆਂ ਸਰਕਾਰਾਂ, ਇਹਨਾਂ ਦੀ ਭਾਜਪਾ, ਇਹਨਾਂ ਦੀ RSS। ਅੱਜ ਡਰਾਮਾ ਜਿਹਾ ਕੀਤਾ ਸੀ, ਛੱਡੀ ਹੋਈ ਆ, ਹੁਣ ਤੱਕ ਦੇ ਫਿਰ ਭਾਜਪਾ ਨਾਲ ਸੀ ਨਾ, ਜਿਹਦਾ ਸੈਂਟਰ ਨਾਲ ਹੱਥ ਰਲਿਆ ਹੋਵੇ ਉਹ ਫਿਰ ਆਮ ਲੋਕਾਂ ਨੂੰ ਕੁਛ ਨਹੀਂ ਸਮਝਦਾ। ਇੱਥੇ ਜਿਹੜਾ ਇਹਨਾਂ ਨੇ ਪੰਜਾਬ ਦੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਆ ਜਿਹੜੀ, ਇਹ ਇਕੱਲੀ ਨੂੰ ਕੋਈ ਅਧਿਕਾਰ ਨਹੀਂ ਗਾ, ਅਧਿਕਾਰ ਤਾਂ ਹੈਗਾ ਸਰਬੱਤ ਖਾਲਸਾ ਸੱਦ ਕੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾਉਣ ਵਾਸਤੇ ਚੁਣਿਆ ਜਾਵੇ, ਵੀ ਕੌਮ ਦੇ ਵਿੱਚ ਸਭ ਤੋਂ ਵੱਡੀ ਕੁਰਬਾਨੀ ਕਿਹੜੀ ਆ, ਕਿਹੜਾ ਬੰਦਾ ਪਰਪੱਕ ਹੈ, ਕੁਰਬਾਨੀ 'ਤੇ ਪੂਰਨ ਵਿਸ਼ਵਾਸ ਰੱਖਦਾ, ਉਹਨੂੰ ਅਕਾਲ ਤਖ਼ਤ ਦਾ ਜਥੇਦਾਰ ਲਾਇਆ ਜਾਵੇ। ਉਹ ਇਹਦੇ ਤੋਂ ਉਲਟ ਰਿਹਾ। ਹੁਣ ਜੇ ਪੰਜਾਬ ਦੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵੋਟਾਂ ਪਾ ਕੇ ਬਣੀ ਹੋਈ ਆ, ਫਿਰ ਤਾਂ ਹਰਿਆਣੇ ਵਾਲੀ ਸ਼੍ਰੋਮਣੀ ਕਮੇਟੀ ਵੀ ਵੋਟਾਂ ਪਾ ਕੇ ਬਣੀ ਆ, ਦਿੱਲੀ ਵਾਲੀ ਵੀ ਸ਼੍ਰੋਮਣੀ ਕਮੇਟੀ ਵੋਟਾਂ ਪਾ ਕੇ ਬਣੀ ਆ, ਪਾਕਿਸਤਾਨ ਵਾਲੀ ਵੀ ਸ਼੍ਰੋਮਣੀ ਕਮੇਟੀ ਆ। ਜਿਹੜੀਆਂ ਚਾਰ ਕਮੇਟੀਆਂ ਸਾਡੀ ਕੌਮ ਦੇ ਅੰਦਰ, ਚਾਰ ਪ੍ਰਬੰਧਕ ਕਮੇਟੀਆਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਾਲੀਆਂ, ਉਹ ਪ੍ਰਮੁੱਖ ਨੇ, ਅਤੇ ਫਿਰ ਚਾਰਾਂ ਦੇ ਸਲਾਹ ਦੇ ਨਾਲ, ਗੁਰਮਤੇ ਦੇ ਨਾਲ ਅਕਾਲ ਤਖ਼ਤ ਦਾ ਜਥੇਦਾਰ ਕਿਉਂ ਨਹੀਂ ਲਾਇਆ ਜਾਂਦਾ? ਦੂਜੇ ਪਾਸੇ ਜ਼ੋਰ ਕੀ ਦਾ RSS ਦਾ? ਅਕਾਲ ਤਖ਼ਤ ਦੀ ਮਰਿਆਦਾ ਦਾ ਪ੍ਰਚਾਰ ਕਰਨ ਤੋਂ ਕੌਣ ਰੋਕਦਾ ਹੈ? ਅਕਾਲ ਤਖ਼ਤ ਦੇ ਸਿਧਾਂਤ ਦੀ ਗੱਲ ਕਰਨ ਤੋਂ ਕੌਣ ਰੋਕਦਾ ਹੈ? ਇੱਥੇ ਸੌਦਾ ਸਾਧ ਨੂੰ ਮਾਫ਼ ਕੌਣ ਕਰਾਉਂਦਾ ਹੈ? ਇੱਥੇ ਕੌਣ ਕਹਿੰਦਾ ਡੇਰਿਆਂ ਨਾਲ ਚੱਲੋ? ਇੱਕ ਪਾਸੇ ਅਸੀਂ ਗੱਲਾਂ ਵੱਡੀਆਂ ਵੱਡੀਆਂ ਕੀਤੀਆਂ ਜਥੇਦਾਰ ਨੇ ਆਉਂਦੇ, ਜਦੋਂ ਜਥੇਦਾਰ ਬਣਿਆ ਨਾ ਇਹਨਾਂ ਨੇ, ਆਉਂਦੇ ਉਹਨਾਂ ਬੜੀ ਵੱਡੀ ਫੀਲਿੰਗ ਚੱਕੀ ਸੀ, ਅਕਾਲੀ ਫੂਲਾ ਸਿੰਘ ਦੇ ਅਵਾਰਡ ਲੈਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਅਕਾਲੀ ਫੂਲਾ ਸਿੰਘ ਨੇ ਤਾਂ ਫਿਰ ਮੌਕੇ 'ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਦ ਕੇ ਸਜ਼ਾ ਲਾ ਦਿੱਤੀ ਸੀ ਕਿ ਤੁਸੀਂ ਉਹਨਾਂ ਦੀਆਂ ਲੇਲੜੀਆਂ ਕੱਢਦੇ ਫਿਰਦੇ ਆ, ਜੇ ਲੋਕ ਉਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਤੁਸੀਂ ਕਿੰਨੇ ਪੰਥ ਹਾਰ ਗਿਆ। ਅਸਲ ਦੇ ਵਿੱਚ
ਤਖਤਾਂ ਦੇ ਜਥੇਦਾਰਾਂ ਦੀ ਸੋਚ ਗੁੰਮਰਾਹ ਕਰਕੇ ਉਹਨਾਂ ਨੂੰ ਸਿਖਾਇਆ ਜਾਂਦਾ ਕਿ ਤੁਹਾਡਾ ਪੰਥ ਆ ਜਿਹੜਾ ਇਕੱਲਾ ਬਾਦਲ ਹੈ ਅਤੇ ਉਹਨਾਂ ਦਾ ਬਾਦਲ ਪੰਥ ਇਸ ਕਰਕੇ ਕਿ ਉਹਨਾਂ ਨੇ ਅਕਾਲੀ ਬਾਦਲ ਦੀ ਮੰਨਣੀ ਆ। ਤੁਹਾਨੂੰ ਯਾਦ ਹੋਊਗਾ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਹੈ, ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ। ਕੁਰਬਾਨੀ ਵੇਖੋ ਕੀ ਹੈ, ਜਿਹੜੇ ਨਰਕ ਧਾਰੀ ਨੂੰ ਸ਼੍ਰੋਮਣੀ ਅਕਾਲੀ ਦਲ ਉਮਰਾ ਨੰਗਲ ਵਰਗੇ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੀ ਧਰਤੀ ਤੋਂ ਬਾਦਲ ਉਹਨੂੰ ਬਾਹਰ ਕੱਢਦੇ ਆ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੈਰ ਰੱਖਦਾ ਹੈ, 13 ਸਿੰਘ ਸ਼ਹੀਦ ਕਰ ਦਿੰਦਾ ਹੈ, ਬਾਦਲ ਉਹਨੂੰ ਪੰਜਾਬ ਤੋਂ ਬਾਹਰ ਕੱਢਦੇ ਆਪਦੀ ਸਰਕਾਰ ਦੇ ਸਮੇਂ ਤੇ ਉਸ ਦੁਸ਼ਟ ਨੂੰ ਉਸ ਪਾਪੀ ਨੂੰ ਗਿਆਨੀ ਰਣਜੀਤ ਸਿੰਘ ਜਾ ਕੇ ਸੋਧ ਦਿੰਦੇ ਆ। ਉਸ ਤੋਂ ਬਾਅਦ ਇਹਨਾਂ ਨੂੰ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਲਾਇਆ ਜਾਂਦਾ ਹੈ। ਹੁਣ ਮਸਲਾ ਕੀ ਆ ਕਿ ਬੀਬੀ ਜੰਗੀਰ ਕੌਰ ਪ੍ਰਧਾਨ ਸੀਗੀ ਸ਼੍ਰੋਮਣੀ ਕਮੇਟੀ ਦੀ ਜੀ, ਹੁਣ ਕਿੰਨੇ ਮਸਲੇ ਨੇ ਇਹੋ ਜਿਹੇ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪ ਉਦਰੀਆਂ ਕੀਤੀਆਂ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਆਪ ਡੇਰਿਆਂ ਦੀ ਮਰਿਆਦਾ ਨੂੰ ਮੰਨਦੀ ਆ, ਇਹਨੇ ਕੁੜੀ ਮਾਰੀ ਰੌਲਾ ਪਿਆ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬੀਬੀ ਜੰਗੀਰ ਕੌਰ ਮੌਕੇ ਦੀ ਪ੍ਰਧਾਨ ਨੂੰ ਇਹ ਸ਼੍ਰੋਮਣੀ ਕਮੇਟੀ ਦੇ ਨੂੰ ਤਲਬ ਕਰ ਲਿਆ, ਪੇਸ਼ ਨਾ ਹੋਈ, ਉਹਨਾਂ ਸੇਕ ਦਿੱਤਾ। ਉਹਦਾ ਰਿਜ਼ਲਟ ਕੀ ਹੋਇਆ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਦਲ ਦਿੱਤਾ ਹੈ। ਜੇ ਕਾ ਪੰਜ ਪਿਆਰੇ ਜਥੇਦਾਰ ਨੂੰ ਕਹਿੰਦੇ ਕਿ ਆ ਕੇ ਪੇਸ਼ ਹੋ ਸਾਨੂੰ ਦੱਸ, ਸੌਦਾ ਸਾਧ ਨੂੰ ਕਿਉਂ ਮਾਫ਼ ਕੀਤਾ ਹੈ ਤੇ ਪੰਜ ਪਿਆਰੇ ਸਸਪੈਂਡ ਕੀਤੇ ਜਾਂਦੇ ਹੈ। ਜੇ ਅਕਾਲ ਤਖ਼ਤ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਹਿੰਦਾ ਹੈ ਕਿ ਤੂੰ ਆ ਕੇ ਦੱਸ ਭਾਈ ਕਿ ਤੂੰ ਆ ਕੁੜੀ ਕਿਉਂ ਮਾਰੀ ਹੈ, ਤੇ ਉਹ ਜਥੇਦਾਰ ਨੂੰ ਸਸਪੈਂਡ ਕੀਤਾ ਜਾਂਦਾ ਹੈ। ਇਹ ਤਾਂ ਮਤਲਬ ਜੋ ਬਾਦਲਾਂ ਦੇ ਮਾਣੇ ਆ ਜੀ ਉਹ ਕਰਦੇ ਨੇ ਉੱਥੇ, ਅੱਜ ਵੀ ਕਰ ਰਹੇ ਆ ਤੇ ਕੱਲ੍ਹ ਵੀ ਹਜੇ ਕਰਨਗੇ ਜਿੰਨਾ ਸਮਾਂ ਅਸੀਂ ਜਾਗਦੇ ਨੀਗੇ। ਇਹਦੇ ਵਿੱਚ ਬਹੁਤ ਵੱਡੀਆਂ ਉਦਾਹਰਨਾਂ ਨੇ, ਬਾਦਲਾਂ ਨੇ ਕਦੋਂ ਕੀ ਕੀਤਾ। ਹੁਣ ਇਹ ਜਥੇਦਾਰ ਜਿਹੜਾ ਬਦਲਿਆ ਜਾਂਦਾ ਹੈ, 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸ਼੍ਰੋਮਣੀ ਕਮੇਟੀ ਨੇ ਪਤਾ ਨਹੀਂ ਕਿੱਥੇ ਦਿੱਤੇ ਆ, ਕਿਹਨੂੰ ਦਿੱਤੇ ਆ। ਉੱਥੇ ਜਦੋਂ ਪੁੱਛਿਆ ਜਾਂਦਾ ਹੈ ਕਿ ਭਾਈ 328 ਸਰੂਪ ਤੁਸੀਂ ਕਿੱਥੇ ਦਿੱਤੇ ਆ, ਤੇ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਹ ਮੰਨਦੇ ਆ ਕਿ 328 ਸਰੂਪ ਜਿਹੜੇ ਸਾਡੇ ਮੁਲਾਜ਼ਮਾਂ ਨੇ ਪਤਾ ਨਹੀਂ ਕਿਹਨੂੰ ਦੇ ਦਿੱਤੇ ਆ, ਇਹ ਗੱਲ ਮੰਨੇ। ਇਹਨਾਂ ਨੇ ਉਹਨਾਂ ਨੂੰ 5 ਲੱਖ ਰੁਪਇਆ ਸਜ਼ਾ ਲਾ ਦਿੱਤੀ। ਹੁਣ ਜਿਹੜੇ ਭਾਈ ਸੁਖਜੀਤ ਸਿੰਘ ਖੋਸਾ ਜੀ, ਲਖਵੀਰ ਸਿੰਘ ਮਾਲਮ ਅਤੇ ਹੋਰ ਪੰਥਕ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਦੇਣ ਵਾਲੀਆਂ ਅਤੇ ਸਤਿਕਾਰ ਦੇਣ ਵਾਲੀਆਂ ਨੇ, ਉੱਥੇ ਇੱਕ ਧਰਨਾ ਲਾ ਦਿੱਤਾ ਹੈ। ਉਹ ਕਹਿੰਦੀ ਸ਼੍ਰੋਮਣੀ ਕਮੇਟੀ ਨੂੰ, ਭਾਈ 328 ਸਰੂਪ ਦੱਸੋ ਕਿੱਥੇ ਗਏ ਆ, ਇਹਨਾਂ ਕੋਲ ਐਡਰੈਸ ਤਾਂ ਹੋਵੇਗਾ ਜੀ, ਉਹ ਕਿਹਨੂੰ ਦਿੱਤੇ ਆ, ਕਿੱਥੇ ਗਏ ਆ, ਕਿਤੇ ਉਹਨਾਂ ਤੋਂ ਇੱਕ ਸਰੂਪ ਉਹ ਤਾਂ ਨਹੀਂ ਜਿਹਦੀ ਬਗਰਾੜੀ ਦੇ ਵਿੱਚ ਨਰਾਦਰੀ ਹੋਈ ਆ, ਬਿਲਕੁਲ, ਕਿਤੇ ਉਹ ਇੱਕ ਸਮਾਲ ਸਰ ਡੇਰੇ ਦੇ ਵਿੱਚ ਸਰੂਪ ਆਇਆ, ਕਿਤੇ ਉਹਨਾਂ ਦੇ ਵਿੱਚੋਂ ਉਹ ਤਾਂ ਨਹੀਂ ਆਇਆ। ਬਹੁਤ ਥਾਵਾਂ 'ਤੇ RSS ਦੇ ਅੱਜ ਜਿੱਥੇ ਉਹਨਾਂ ਦੇ ਸੇਵਾ ਸੰਭਾਲ ਆ ਉੱਥੇ ਡੇਰੇ ਚੱਲ ਰਹੇ ਨੇ, ਸਮਾਧਾਂ ਨੇ, ਉਹਨਾਂ ਦੇ ਵਿੱਚ ਨੇ, ਕਿਤੇ ਉਹ ਤਾਂ ਨਹੀਂ ਗਏ। ਸਾਨੂੰ ਦੱਸਿਆ ਜਾਵੇ ਵੀ ਉਹ ਸਰੂਪ ਕਿੱਥੇ ਗਏ ਆ। ਦੂਜੀ ਗੱਲ ਸੀਗੀ, ਮੰਗਾਂ 2 ਸੀਗੀਆਂ, ਇੱਕ ਤਾਂ ਸਰੂਪ 328 ਗਏ ਕਿੱਥੇ, ਦੂਜੀ ਮੰਗ ਸੀ ਕਿ ਜਿੰਨਾਂ ਮੁਲਾਜ਼ਮਾਂ ਨੇ ਇਹ ਕੀਤਾ ਉਹਨਾਂ ਨੂੰ ਕਾਨੂੰਨੀ ਕਾਰਵਾਈ 'ਚ ਫਸਾਓ, ਉਹਨਾਂ 'ਤੇ 295 ਦਾ ਪਰਚਾ ਦਰਜ ਕਰਾਓ। ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦਾ ਜਥੇਦਾਰ ਦੀ ਹਿੰਮਤ ਨਹੀਂ ਪਈ ਕਿ ਉਹਨਾਂ 'ਤੇ ਪਰਚਾ ਦਰਜ ਕਰਾ ਲਈਏ। ਹੁਣ ਅਕਾਲੀ ਫੂਲਾ ਸਿੰਘ ਦੀ ਫੀਲਿੰਗ ਚੱਕਣ ਵਾਲਾ, ਜੇ ਤਾਂ ਅਕਾਲੀ ਫੂਲਾ ਸਿੰਘ ਹੁੰਦਾ ਤਾਂ ਮੈਨੂੰ ਪੱਕਾ ਵਿਸ਼ਵਾਸ ਆ ਆ ਜਿਹੜਾ ਆਉਂਦਾ ਮੇਰੇ 'ਤੇ ਕਤਲ ਦਾ ਪਰਚਾ ਪੈ ਜਾਊਗਾ। ਇਹ ਅਕਾਲੀ ਫੂਲਾ ਸਿੰਘ ਦੇ ਉਸੇ ਪਦ 'ਤੇ ਇਹ ਬੈਠਾ ਹੈ, ਅਤੇ ਜੇ ਅਕਾਲੀ ਫੂਲਾ ਸਿੰਘ ਹੁੰਦਾ ਤਾਂ ਜਿਉਂਦਿਆਂ ਨੂੰ ਸਾੜ ਦੇਣਾ ਸੀ, ਅਤੇ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਣੀ ਅੱਗੇ ਤੋਂ ਕੋਈ ਇੱਦਾਂ ਦਾ ਕੰਮ ਕਰੇ। ਅੱਜ ਵੀ ਨਰਾਦਰੀਆਂ ਦਾ ਕਾਰਨ ਕੀ ਆ, ਤੁਹਾਡੀ ਨੌਲੇਜ ਵਿੱਚ ਹੋਊਗਾ, 1978 ਤੋਂ ਦੌਰ ਸ਼ੁਰੂ ਹੁੰਦਾ ਜੀ, 86 'ਚ ਵੱਡਾ ਕਾਂਡ ਹੁੰਦਾ ਨਕੋਦਰ ਕਾਂਡ, ਉਸ ਤੋਂ ਬਾਅਦ ਬਗਰਾੜੀ ਵੱਡਾ ਕਾਂਡ ਆ, ਅਤੇ ਛੋਟੇ ਕਾਂਡ ਬਹੁਤ ਜ਼ਿਆਦਾ ਨੇ। ਕਰੀਬ ਜਿੰਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਨਰਾਦਰੀਆਂ ਹੋਈਆਂ, ਜਿੰਨੀਆਂ ਜਗ੍ਹਾ 'ਤੇ ਵੀ ਹੋਈਆਂ, ਅੱਜ ਤੱਕ ਕਿਸੇ ਅਕਾਲ ਤਖ਼ਤ ਦੇ ਜਥੇਦਾਰ ਨੇ ਖੁਦ ਪੈਰਵਾਈ ਕੀਤੀ ਹੋਵੇ ਤਾਂ ਦੱਸਿਓ ਮੈਨੂੰ। ਕਿਉਂਕਿ ਜਦੋਂ ਤੋਂ ਬਾਦਲਾਂ ਦਾ ਕਬਜ਼ਾ ਗਿਆ, ਉਸ ਤੋਂ ਬਾਅਦ ਜਥੇਦਾਰ ਨੇ ਸਮਝੇ ਨਹੀਂ, ਨਰਾਦਰੀ ਗੁਰੂ ਗ੍ਰੰਥ ਸਾਹਿਬ ਦੀ ਮੇਰੀ ਬੱਤੀ 'ਤੇ ਲੱਗੀ ਆ ਗੱਡੀ 'ਤੇ, ਪਰ ਜਿੱਦੇ ਤੋਰ ਬਾਹੂ ਫੜ ਕੇ ਲਾਹ ਦਿੰਦੇ ਪੁੱਤ ਜਾ ਕਰ ਨੂੰ, ਉਹ ਤੋਂ ਬਾਅਦ ਉਹਨੂੰ ਵੀ ਚੇਤਾ ਆ ਜਾਣਾ। ਹੁਣ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੋ ਸਕਦਾ ਹੁਣ 328 ਰੂਪਾਂ ਦਾ ਵੀ ਪਤਾ ਲੱਗ ਜੇ, ਕੌਣ ਪਤਾ ਕਰੂਗਾ ਜੀ। ਨਹੀਂ, ਜਿੱਦਾਂ ਮੰਨ ਲਓ ਹੁਣ ਜਥੇਦਾਰ ਸਾਹਿਬ ਨੂੰ ਲਾਹ ਦਿੱਤਾ ਗਿਆ, ਜਿਵੇਂ ਤੁਸੀਂ ਕਿਹਾ ਲਾਉਣ ਤੋਂ ਬਾਅਦ ਖੁਲਾਸੇ ਕਰ ਦਿੰਦੇ, ਹਜੇ ਉਹਨਾਂ ਨੂੰ ਦਿੱਤਾ ਪਿਆ ਜੀ ਉਹ ਦਮਦਮਾ ਸਾਹਿਬ, ਦਮਦਮਾ ਸਾਹਿਬ ਹਜੇ ਉਹਨਾਂ ਨੂੰ ਉਹ ਲਾਲ ਬੱਤੀ, ਉਹ ਸਹੂਲਤਾਂ, ਉਹ ਸੌਖ, ਉਹ ਫੋਨ, ਉਹ ਚੌਧਰ, ਉਹ ਗਨਮੈਨ, ਸਾਰਾ ਕੁਛ ਦਿੱਤਾ ਹੋਇਆ, ਉਹ ਤਨਖਾਹ
ਜਿੱਦੇ ਖੋ ਲੈਣਗੇ ਉੱਦੇ ਹੋ ਸਕਦਾ ਦੱਸਣ। ਹੁਣ ਮਸਲਾ ਸੀ ਉਹਨਾਂ ਨੇ ਸਿਰਫ ਇਹ ਪੁੱਛਿਆ ਸੀ, ਜਿਹੜੀ ਆਪਣੀ ਗੱਲ ਚੱਲਦੀ ਆ ਇਹਨਾਂ ਦੇ ਪਰਚਾ 328 ਸਰੂਪ ਇੱਕੋ ਹੀ ਗੱਲ ਹੈ, ਉਹਦੇ ਵਿੱਚ ਇਹਨਾਂ ਨੇ ਕੀ ਕੀਤਾ, ਜੋ ਲਛਮਣ ਸਿੰਘ ਧਾਰੋਵਾਲ ਦੇ ਨਾਲ ਹੋਇਆ ਸੀ ਨਨਕਾਣਾ ਸਾਹਿਬ, ਜੋ ਸਾਡੇ ਸਿੰਘਾਂ ਦੀ ਸ਼ਹੀਦੀ ਹੋਈ, ਜੋ ਨਰੈਣੂ ਮਹੰਤ ਦੇ ਗੁੰਡਿਆਂ ਨੇ ਕੀਤਾ ਸੇਮ ਉਹੀ ਗੁੰਡਿਆਂ ਨੇ ਉਹਨਾਂ 'ਤੇ ਕੀਤਾ, ਉੱਥੇ ਸਾਡੇ ਨੌਜਵਾਨਾਂ ਨੂੰ ਕੁੱਟਿਆ ਗਿਆ, ਉੱਥੋਂ ਦੀਆਂ ਜਿਹੜੀ ਸ਼੍ਰੋਮਣੀ ਕਮੇਟੀ ਦੀਆਂ ਮੈਂ ਲਫ਼ਜ਼ ਕੋਈ ਨਹੀਂ ਬੋਲ ਸਕਦਾ, ਬੀਬੀਆਂ ਨੇ ਮੁਲਾਜ਼ਮ ਨੇ ਉਹਨਾਂ ਨੇ ਸਾਡੀਆਂ ਬੀਬੀਆਂ ਨੂੰ ਫੜਿਆ, ਭਾਈ ਸੁਰਜੀਤ ਸਿੰਘ ਖੋਸੇ ਦੀ ਧਰਮ ਪਤਨੀ ਨੂੰ ਫੜਿਆ, ਉਹਨਾਂ ਨੇ ਫੜ ਕੇ ਇੱਥੋਂ ਤੱਕ ਦਲੀਲ ਕੀਤਾ ਗਿਆ ਕਿ ਥੱਲੇ ਥੁੱਕ ਕੇ ਕਹਿੰਦੀਆਂ ਚੱਟ। ਅੱਛਾ, ਅਤੇ ਇਹ ਕੀ ਨਰੈਣੂ ਮਹੰਤ ਤੋਂ ਘੱਟ ਨੇ? ਤੁਹਾਨੂੰ ਅਸੀਂ ਪੁੱਛ ਰਹੇ ਹਾਂ ਕਿ 328 ਸਰੂਪ ਕਿੱਥੇ? ਜੇ ਤੁਹਾਡੇ ਕੋਲ ਉੱਤਰ ਨਹੀਂ ਤਾਂ ਤੁਹਾਡਾ ਹੱਕ ਆ ਕਿ ਤੁਸੀਂ ਇਹ ਵਿਹਾਰ ਕਰੋ। ਅਤੇ ਉਹ ਸਾਰਾ ਕੁਛ ਅਕਾਲ ਤਖ਼ਤ ਦੇ ਜਥੇਦਾਰ ਦੀ ਜ਼ਿੰਮੇਵਾਰੀ 'ਚ ਹੋਇਆ, ਅਕਾਲ ਤਖ਼ਤ ਦੇ ਜਥੇਦਾਰ ਜਦੋਂ ਸੀ ਇਹਦੀ ਔਨ ਡਿਊਟੀ ਹੋਇਆ, ਕਿ ਜਥੇਦਾਰ ਤੋਂ ਅੱਜ ਤੱਕ ਉਹਨਾਂ ਸਿੰਘਾਂ ਦੇ ਨਾਲ ਕੋਈ ਹਮਦਰਦੀ ਨਹੀਂ ਪ੍ਰਗਟਾਈ ਗਈ, ਇਹੋ ਜਿਹੇ ਬਹੁਤ ਸਾਰੀਆਂ ਲਾਹਨਤਾਂ ਲਈਆਂ। ਤੁਹਾਨੂੰ ਪਤਾ ਹੋਵੇਗਾ, ਮੈਂ ਅੱਜ ਤੱਕ ਇੱਕ ਵੇਖਿਆ 44 ਸਾਲ ਦੀ ਉਮਰ ਵਿੱਚ, ਕਿ ਜਦੋਂ ਵੀ ਕੋਈ ਮਰਦਾ ਉਹਨੇ ਕੋਈ ਮਾੜੇ ਕੰਮ ਕੀਤੇ ਉਹ ਤੋਂ ਲੋਕ ਭੁੱਲ ਜਾਂਦੇ ਬਿਲਕੁਲ, ਉਹਨੂੰ ਲੋਕ ਕਹਿ ਦਿੰਦੇ ਚਲੋ ਹੁਣ ਤਾਂ ਮਰ ਗਿਆ। ਪਰ ਇੱਕ ਕਮਾਲ ਦੀ ਚੀਜ਼ ਵੇਖੀਏ ਕਿ ਜਿੱਥੇ ਬਾਦਲ ਮਿਲਦਾ ਉੱਥੇ ਲੋਕ ਘੱਟ ਗਏ, ਅਤੇ ਲਾਹਨਤਾਂ ਇੰਨੀਆਂ ਜ਼ਕਰੀਆ ਖਾਨ ਨੂੰ ਨਹੀਂ ਪਈਆਂ ਹੋਣੀਆਂ ਜਿੰਨੀਆਂ ਅੱਜ ਬਾਦਲ ਨੂੰ ਪਈਆਂ, ਕਿਹਨੇ ਕੌਮ ਦੇ ਇੰਨੇ ਮਾੜੇ ਕੰਮ ਕੀਤੇ। ਜਥੇਦਾਰ ਕੋਈ ਕੁਰਬਾਨੀ ਕਰਕੇ ਨਹੀਂ ਛੱਡਿਆ, ਉਹਦਾ ਜਥੇਦਾਰ ਨੇ ਵੀ ਲਾਹਨਤਾਂ ਹੀ ਲਈਆਂ ਉੱਥੇ 328 ਸਰੂਪਾਂ ਤੋਂ ਲੈ ਕੇ ਅੱਜ ਉਹ ਜਿਹੜੇ 502 ਸਾਡੇ ਇਤਿਹਾਸਿਕ ਗ੍ਰੰਥ ਨੇ, ਸਾਡੀਆਂ ਯਾਦਗਾਰਾਂ ਕਿੱਥੇ ਨੇ, ਉਹ ਸਾਰੇ ਕਾਸੇ ਦਾ ਜ਼ਿੰਮੇਵਾਰ ਹਰਪ੍ਰੀਤ ਸਿੰਘ ਹੀ ਹੈ। ਆਉਣ ਵਾਲਾ ਜਿਹੜਾ ਇਤਿਹਾਸਕਾਰ ਲਿਖਣਗੇ ਕਿ ਇਹਦੇ ਕਾਲ ਦੌਰਾਨ 328 ਸਰੂਪ ਵੀ ਗਾਇਬ ਹੋਏ ਆ, ਇਹਦੇ ਕਾਲ ਦੌਰਾਨ ਆ ਸਿੰਘਾਂ ਦੇ ਜੋ ਕੁੱਟਿਆ ਮਾਰਿਆ ਗਿਆ ਉਦੋਂ ਜਥੇਦਾਰ ਕੌਣ ਸੀ? ਹਰਪ੍ਰੀਤ ਸਿੰਘ। ਅਤੇ ਫਿਰ ਮਾਣਯੋਗ ਨਹੀਂ ਕਹਿਣਗੇ ਉਹ, ਜੋ ਲਫ਼ਜ਼ ਅੱਜ ਅਬਦਾਲੀ ਦੇ ਨਾਲ ਲੱਗਦੇ, ਜੋ ਨਰੈਣੂ ਮਹੰਤ ਨਾਲ ਲੱਗਦੇ, ਹਰਪ੍ਰੀਤ ਸਿੰਘ ਨਾਲ ਉਹ ਹੀ ਲੱਗਣਗੇ। ਇਸ ਕਰਕੇ ਆਉਣਾ ਜਾਣਾ ਅਹੁਦੇ ਲੈਂਦੇ ਰਹਿਣਾ ਅਤੇ ਛੱਡਦੇ ਰਹਿਣਾ, ਸਿੱਖ ਉਹ ਸੀ ਜਦੋਂ ਭਾਈ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਹੈ, ਕਹਿੰਦਾ ਮੈਂ ਨਹੀਂ ਲੈਣੀ, ਸਿੰਘਾਂ ਨੇ ਹੁਕਮ ਕਰਤਾ, ਕਹਿੰਦਾ ਫਿਰ ਖਾਲਸੇ ਦੀ ਜੁੱਤੀ ਨਾਲ ਲੱਗੂਗੀ ਤਾਂ ਲਵਾਂਗਾ। ਜੁੱਤੀ ਦੀ ਨੋਕ ਤੋਂ ਠੁਕਰਾ ਕੇ ਜੁੱਤੀ ਨੂੰ ਕਸਾ ਕੇ ਫਿਰ ਆਉਂਦਾ ਨਵਾਬੀ 'ਤੇ ਬੈਠ ਜਾਣਾ, ਲੋੜ ਪਈ 'ਤੇ ਮੈਂ ਛੱਡ ਦਿੰਦਾ ਕਿਉਂਕਿ ਮੈਂ ਖਾਲਸਾ ਪੰਥ ਦਾ। ਅਤੇ ਕੌਮ ਦੀ ਜਥੇਦਾਰੀ ਬਹੁਤ ਉੱਚੀ ਅਤੇ ਸੁੱਚੀ ਹੈ, ਕੌਮ ਦੀ ਜਥੇਦਾਰੀ ਉਹ ਕਰ ਸਕਦਾ ਜਿਹੜੀ ਆਜ਼ਾਦ ਸੋਚ ਹੈ। ਗੁਲਾਮ ਸੋਚ ਨੂੰ ਬਿਠਾ ਕੇ ਅਸੀਂ ਉਹਦੇ ਤੋਂ ਕੋਈ ਆਸ ਨਹੀਂ ਰੱਖ ਸਕਦੇ। ਹੁਣ ਇੱਥੇ ਨਹੀਂ ਗਾ, ਇਹ ਜਦੋਂ ਉਹ ਮਹਿੰਦਰ ਮਾਰਦੇ ਆ ਸਿੰਘ ਗੁਰੂ ਗ੍ਰੰਥ ਸਾਹਿਬ ਦੇ, ਉਹ ਜਿਹੜਾ ਨਰਾਦਰੀ ਕਰਨ ਵਾਲਾ ਸੀਗਾ, ਅਤੇ ਉਹਦੇ ਜਿਹੜੇ ਉਹਦੇ ਇਹਨਾਂ ਨੇ ਨਾਮ ਚਰਚਾ ਕੀਤੀ, ਉਹਦੇ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਜਾਂਦੇ ਨੇ, ਜਥੇਦਾਰ ਕਿੱਥੇ ਆ? ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਡੇਰੇ ਵੱਲੋਂ 33 'ਚ ਪਾ ਕੇ ਭੇਜੇ ਜਾਂਦੇ ਪੂਨੇ, ਏਅਰਪੋਰਟ 'ਤੇ ਫੜੇ ਜਾਂਦੇ ਅੰਮ੍ਰਿਤਸਰ, ਏਅਰਪੋਰਟ 'ਤੇ FRI ਦਰਜ ਹੁੰਦੀ ਆ। ਇਹ ਹੁਣ ਕੋਈ ਬੋਲੇ ਕਿ ਇਹਦਾ ਝੂਠ ਬੋਲਦਾ, FRI ਤਾਂ ਹਜੇ ਵੀ ਨਿਕਲ ਆਵੇਗੀ ਉਹ ਰਾਜਾ ਸਾਂਸੀ ਤੋਂ। ਪਰ ਮਸਲਾ ਇਸ ਗੱਲ ਦਾ, ਜਥੇਦਾਰ ਨੇ ਕੀ ਕਾਰਵਾਈ ਕੀਤੀ ਹੈ? ਉਹਦਾ ਪੁਲਿਸ ਨੇ ਕਾਰਵਾਈ ਕਰਤੀ, ਪੁਲਿਸ ਨੇ ਪਰਚਾ ਕਰਤਾ। ਹਰਪ੍ਰੀਤ ਸਿੰਘ ਨੇ ਕੀ ਕਾਰਵਾਈ ਕੀਤੀ ਹੈ? ਫਰੋਲਣਾ ਅਤੇ ਇਤਿਹਾਸਕਾਰਾਂ ਨੇ ਇਹ ਆ, ਇਤਿਹਾਸਕਾਰਾਂ ਨੇ ਲਾਹਨਤਾਂ ਪਾਉਣੀਆਂ ਇਹਨੂੰ, ਆਉਣ ਵਾਲੇ ਸਮੇਂ 'ਚ ਕਿਵਤਾਂ ਬਣਿਆ ਕਰਨਗੀਆਂ ਇਹਨਾਂ ਦੀਆਂ ਇਹੋ ਜਿਹੀਆਂ ਕਿ ਇਹਨਾਂ ਦੇ ਪੁੱਤ ਪੋਤੇ ਕਿਆ ਕਰਨਗੇ, ਬਾਪੂ ਤੂੰ ਤਾਂ ਲਾਹਨਤਾਂ ਹੀ ਫੱਟ ਗਏ। ਜਿਹੜੀ ਚੌਧਰ ਹੈ, ਖਾਲਸਾ ਚੌਧਰ ਨੂੰ ਪਹਿਲ ਨਹੀਂ ਦਿੰਦਾ, ਸ਼ਹੀਦੀ ਨੂੰ ਦਿੰਦਾ, ਕੁਰਬਾਨੀ ਨੂੰ ਦਿੰਦਾ। ਜਿਹੜਾ ਅੱਜ ਜਥੇਦਾਰ ਲਾਇਆ ਗਿਆ ਹੈ, ਆਪਣਾ ਸਵਾਲ ਹੀ ਇਹ ਸੀ ਵੀ ਜਥੇਦਾਰ ਲਾਉਣ ਦਾ ਅਤੇ ਲਾਉਣ ਦਾ ਜਿਹੜੀ ਗੱਲ ਹੈ, ਜਿਹੜਾ ਲਾਇਆ ਗਿਆ ਤਾਂ ਲਾਇਆ ਗਿਆ, ਹੋ ਸਕਦਾ ਜੋ ਕੰਮ ਇਹਨਾਂ ਨੇ ਕਰਾਉਣਾ ਸੀ ਉਹ ਨਾ ਹੋ ਸਕਿਆ ਹੋਵੇ। ਇਹਨੂੰ ਆਉਂਦੇ ਹੁਣ ਕਿ ਪੁੱਤ ਤੂੰ ਉਹੀ ਸੰਭਾਲ ਲਾ, ਉਹ ਕਹਿੰਦਾ ਵੀ ਮੈਂ ਕਰ ਦੂੰਗਾ, ਹੁਣ ਉਹ ਤੋਂ ਕਰਵਾ ਲੈਣ। ਇਕੱਲੇ ਬੰਦੇ ਕੋਲੇ, ਕਿਸੇ ਕੋਲੇ ਕੋਈ ਅਧਿਕਾਰ ਨਹੀਂ ਗਾ। ਗੁਰੂ ਗ੍ਰੰਥ ਜੇ ਅਹੁਦਾ ਸੀ ਜਥੇਦਾਰ ਨੂੰ ਬਿਠਾਉਣਾ ਨਾ ਤਖ਼ਤ 'ਤੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਪੰਜ ਪਿਆਰੇ ਸਵਾਇਮਾਨ, ਅਰਦਾਸ ਹੋਵੇ, ਜਦੋਂ ਉਹਨੂੰ ਲਾਉਣਾ ਉਦੋਂ ਵੀ ਇਸੇ ਤਰ੍ਹਾਂ ਹੀ, ਉਦੋਂ ਜਿਹੜੀਆਂ ਉਹਦੀਆਂ ਖਾਮੀਆਂ ਨੇ ਜੀ ਉਹ ਸਟੇਜ ਤੋਂ ਬੋਲੀਆਂ ਜਾਣ, ਜਿਹੜੇ ਉਹਨੇ ਚੰਗੇ ਕੰਮ ਕੀਤੇ ਉਹ ਵੀ ਸਟੇਜ ਤੋਂ ਬੋਲੇ ਜਾਣ, ਕੌਮ ਨੂੰ ਦੱਸਿਆ ਜਾਵੇ ਇਹ ਕੀ ਆ, ਅਸੀਂ ਬਾਂਹ ਫੜੀ ਤੂੰ ਬਹਿ ਜਾ ਤੇ ਤੂੰ ਉਤਰ ਜਾ, ਖੇਡ ਹੈ, ਕੌਮ ਨੂੰ ਪਤਾ ਲੱਗੇ ਵੀ ਕਿਉਂ ਲਾਇਆ ਜਾਂ ਕਿਉਂ ਲਾਇਆ, ਇਹ ਤਾਂ ਦੱਸਣਾ ਹੀ ਨਹੀਂ ਬਾਦਲਾਂ ਨੇ। ਮਸਲਾ ਵੇਖੋ, ਜਿਹੜੀ ਡਿਊਟੀ ਲਾਈ ਸੀ ਨਾ RSS ਨੇ ਬਾਦਲਾਂ ਦੀ ਪੂਰੀ ਕਰਤੀ, ਅਕਾਲ ਤਖ਼ਤ ਦੀ ਬਿਲਡਿੰਗ ਨੂੰ ਢਾਹ ਕੇ ਵੇਖਿਆ, ਅਕਾਲ ਤਖ਼ਤ ਦੀ ਬਿਲਡਿੰਗ ਦੁਆਰਾ ਬਣ ਗਈ ਆ, ਸੋਚ ਸਿਧਾਂਤ ਮਰਯਾਦਾ ਰਹੀ।
ਅੱਜ ਸਾਡੀ ਸੋਚ ਸਿਧਾਂਤ ਖਤਮ ਕੀਤਾ, ਬਿਲਡਿੰਗ ਨੂੰ ਅਸੀਂ ਕੀ ਕਰਾਂਗੇ ਜੀ? ਜਦੋਂ ਸੋਚ ਤੇ ਸਿਧਾਂਤ ਨਾ ਰਿਹਾ, ਅਕਾਲ ਤਖ਼ਤ ਦਾ ਜਥੇਦਾਰ ਕਦੇ ਕੌਮ ਦੇ ਵੱਲ ਅੱਖਾਂ ਕੱਢ ਕੇ ਘੂਰਦਾ ਸੀ ਅਤੇ ਕੌਮ ਨੀਵੀਂ ਪਾ ਕੇ ਖੜ੍ਹ ਜਾਂਦੀ ਸੀ ਵੀ ਜਥੇਦਾਰ ਦੇ ਪਤਾ ਨਹੀਂ ਮੂੰਹ 'ਚੋਂ ਕੀ ਬਚਨ ਨਿਕਲਣਾ। ਅਤੇ ਜਦੋਂ ਕਿਤੇ ਜਥੇਦਾਰ ਰੋਹ ਭਰੀ ਤਕਦੀਰ ਕਰਦਾ ਸੀ ਕਦੇ, ਅਤੇ ਫਿਰ ਕੀ ਹੁੰਦਾ ਸੀ, ਨੌਜਵਾਨ ਸਾਡੀ ਕੌਮ ਦੇ ਜਿਹੜੇ ਸਿੱਖ ਸੀ ਉਹਨਾਂ ਦੀ ਤੇਗ ਅਤੇ ਮੁੱਠੇ 'ਤੇ ਹੱਥ ਚਲਾ ਜਾਂਦਾ ਸੀ। ਕੌਮ ਦਾ ਜਥੇਦਾਰ ਹੁਣ ਬੋਲੂਗਾ ਕੁਛ ਅਤੇ ਅਸੀਂ ਕੁਰਬਾਨੀ ਕਰਾਂਗੇ। ਅੱਜ ਕੌਮ ਦਾ ਜਥੇਦਾਰ ਉੱਥੋਂ ਬਿਆਨ ਦਾਗਦਾ ਹੈ ਅਤੇ ਸਾਡੀ ਕੌਮ ਦੇ ਸਿੱਖ ਮਖੌਲ ਕਰਦੇ ਆ। ਸਾਡੀ ਜਿਹੜੀ ਅਕਾਲ ਤਖ਼ਤ ਦੀ ਮਰਿਆਦਾ ਨੂੰ ਮਿੱਟੀ 'ਚ ਮਿਲਾ ਕੇ ਬਾਦਲਾਂ ਨੇ ਰੱਖਤਾ, ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਠੇਸ ਪਹੁੰਚਾਈ, ਅਕਾਲ ਤਖ਼ਤ ਦੇ ਸਤਿਕਾਰ ਨੂੰ ਠੇਸ ਪਹੁੰਚਾ ਦਿੱਤੀ ਇਹਨਾਂ ਨੇ। ਅਕਾਲ ਤਖ਼ਤ ਦਾ ਸਤਿਕਾਰ ਲੋਕਾਂ ਦੇ ਦਿਲਾਂ 'ਚੋਂ ਢਾ ਕੇ ਰੱਖ ਦਿੱਤਾ ਬਾਦਲ ਕੌਮ ਨੇ। ਹਜੇ ਜਦੋਂ ਗੱਲਾਂ ਕਰਨਗੇ ਇੱਥੇ ਵੱਡੀਆਂ ਵੱਡੀਆਂ ਕਰਦੇ ਨੇ। ਹੁਣ ਇਹ ਖਾਮੀ ਕਿੱਥੇ ਆ ਕੌਮ ਵਿੱਚ ਕਿ ਅਕਾਲ ਤਖ਼ਤ ਦਾ ਜਥੇਦਾਰ ਇੱਕ ਉੱਥੋਂ ਬਿਆਨ ਦਿੰਦਾ ਅਤੇ ਮੇਰੇ ਵਰਗਾ ਇੱਕ ਢਾਡੀ ਜਵਾਬ ਦੇਈ ਜਾਂਦਾ ਉਹਨਾਂ ਨੂੰ ਕਿ ਜਥੇਦਾਰ ਜੀ ਤੁਸੀਂ ਗਲਤ ਕਰ ਰਹੇ ਹੋ ਜੀ। ਹੁਣ ਮਸਲਾ ਮੇਰੇ ਢਾਡੀ ਦੀ ਕੀ ਆ ਵੀ ਉਹਨੂੰ ਜਵਾਬ ਦੇ ਦੇਵੇ? ਢਾਡੀ ਕੌਮ ਦਾ ਪ੍ਰਚਾਰਕ ਆ, ਉੱਚਾ ਸੁੱਚਾ ਅਹੁਦਾ ਕੋਈ ਮਾੜਾ ਨਹੀਂ, ਪਰ ਗੱਲ ਮਸਲਾ ਇਹ ਆ ਤਖ਼ਤ ਦੇ ਜਥੇਦਾਰ ਦਾ ਵੀ ਜਥੇਦਾਰ ਸਾਹਿਬ ਨੂੰ ਇੰਨਾ ਹੀਣਤਾ ਭਰਿਆ, ਇੰਨੀ ਨਿਰਾਸ਼ੀ ਭਰਿਆ, ਇੰਨਾ ਬੇਕਾਰਕ, ਇੰਨਾ ਉਹਨੂੰ ਥੱਲੇ ਭੁੰਜੇ ਲਾਉਣਾ, ਇਹ ਕਿਹਦਾ ਕੰਮ ਸੀਗਾ? ਬਾਦਲਾਂ ਨੇ ਜੋ RSS ਨਾਲ ਪਾਈ ਸੀ, RSS ਨੂੰ ਇੱਕ ਡਰ ਸੀ ਬਹੁਤ ਵੱਡਾ ਕਿ ਇਹ ਅਕਾਲ ਤਖ਼ਤ ਸਾਹਿਬ ਦਾ ਜਦੋਂ ਹੁਕਮ ਹੋ ਜਾਂਦਾ ਹੈ ਸਿੱਖ ਕੌਮ ਮਰਨ ਵਾਸਤੇ ਤਿਆਰ ਹੈ, ਇਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੀ, ਆਪਣੇ ਸਾਹਾਂ ਦੀ ਪਰਵਾਹ ਨਹੀਂ ਕਰਦੀ, ਇਹ ਕੁਰਬਾਨੀ ਦਿੰਦੀ ਹੈ। ਉਹਨਾਂ ਨੇ ਸੋਚਿਆ ਵੀ ਹੁਣ ਇਸ ਚੀਜ਼ ਨੂੰ ਕਿਵੇਂ ਅਸੀਂ ਗਾਇਬ ਕਰਾਂਗੇ। ਫਿਰ ਤਖ਼ਤਾਂ ਦੇ ਜਥੇਦਾਰ ਨਮੂਨੇ ਬਿਠਾ ਬਿਠਾ ਕੇ ਬਾਦਲਾਂ ਦੀ ਸੋਚ 'ਤੇ ਉੱਥੇ ਪ੍ਰੋਗਰਾਮ ਦੇ ਕੇ ਬਾਦਲ ਵਾਲੋ ਵਾਰ ਵਾਰ ਕੌਮ ਨੂੰ ਉੱਥੋਂ ਤਖ਼ਤਾਂ ਤੋਂ ਜਲੀਲ ਕਰਾ ਕਰਾ ਕੇ ਅੱਜ ਤਖ਼ਤ ਦਾ ਨਹੀਂ ਸਤਿਕਾਰ ਘਟਿਆ, ਮੈਂ ਕਹਾਂਗਾ ਜਥੇਦਾਰਾਂ ਦਾ ਸਤਿਕਾਰ ਘਟਾ ਦਿੱਤਾ ਹੈ। ਜਥੇਦਾਰ ਨੂੰ ਕੋਈ ਤੁਰਿਆ ਜਾਂਦਾ ਫਤਿਹ ਨਹੀਂ ਬੁਲਾਉਂਦਾ, ਜਥੇਦਾਰ ਸਟੇਜ 'ਤੇ ਬੈਠਾ, ਸਾਡੀ ਕੌਮ ਦੇ ਨੌਜਵਾਨ ਜਥੇਦਾਰ ਨੂੰ ਉੱਥੇ ਖਰੀਆਂ ਖਰੀਆਂ ਸੁਣਾ ਕੇ ਤੁਰ ਜਾਂਦੇ ਆ। ਜਥੇਦਾਰ ਨੇ ਅੱਜ ਤੱਕ ਨਹੀਂ ਕਿਹਾ ਕੋਈ ਚੈਨਲ ਆਪਦਾ ਬਣਾ ਲਓ ਭਾਈ ਜੀ, ਜਥੇਦਾਰ ਨੇ ਅੱਜ ਤੱਕ ਜਿਹੜਾ ਇੱਕ ਭਾਈ ਅੰਮ੍ਰਿਤਪਾਲ ਸਿੰਘ ਫੜੇ ਗਏ, ਜਥੇਦਾਰ ਨੇ ਪਹਿਲੇ ਦਿਨ ਬੜੇ ਰੋਹ ਭਰੀਆਂ ਤਕਦੀਰਾਂ ਦਿੱਤੀਆਂ ਜੀ, ਆਹ ਕਰ ਦੂੰ ਉਹ ਕਰ ਦੂੰ, ਵਹੀਰ ਤਖ਼ਤ ਤੋਂ ਚੱਲੇਗੀ। ਹੁਣ ਅਕਾਲ ਤਖ਼ਤ ਦੇ ਜਥੇਦਾਰ ਦੀ ਜ਼ਬਾਨ ਵਿੱਚੋਂ ਲਫ਼ਜ਼ ਨਿਕਲਿਆ ਹੋਵੇ ਕਿ ਜਿਹੜੀ ਵਹੀਰ ਦਾ ਤੁਸੀਂ ਵਿਰੋਧ ਕਰਦੇ ਸੀ ਉਹ ਵਹੀਰ ਤਖ਼ਤ ਤੋਂ ਚੱਲੇਗੀ, ਅਕਾਲ ਤਖ਼ਤ ਤੋਂ ਚੱਲੇਗੀ, ਉਹ ਵਹੀਰ ਮੁੜ ਕੇ ਚਲਾਉਣੀ ਨਾ, ਚੁੱਪ ਕਰ ਜਾਣਾ, ਕੌਮ ਨੂੰ ਨਮੋਸ਼ੀ ਨਹੀਂ ਝੱਲਣੀ ਪਈ, ਇੱਕ ਸਰਕਾਰ ਦੇ ਅੱਗੇ ਗੋਡੇ ਟੇਕੇ ਨਹੀਂ। ਹੁਣ ਇਹ ਦੱਸੇ ਸਰਕਾਰ ਅੱਗੇ ਗੋਡੇ ਟੇਕੇ ਆ ਕਿ RSS ਅੱਗੇ ਟੇਕੇ ਆ ਜਥੇਦਾਰ ਨੇ, ਮਸਲਾ ਇਸ ਗੱਲ ਦਾ। ਧੰਨਵਾਦ ਭਾਈ ਸਾਹਿਬ। ਸੰਗਤ ਜੀ, ਵਿਚਾਰਾਂ ਦੀ ਸਾਂਝ ਪਾਈ ਹੈ ਅਤੇ ਤੁਹਾਡੇ ਨਾਲ, ਤੁਸੀਂ ਸਾਰੀਆਂ ਵਿਚਾਰਾਂ ਸੁਣੀਆਂ, ਤੁਸੀਂ ਕੀ ਸੋਚ ਰਹੇ ਹੋ? ਜਿੱਦਾਂ ਇਹਨਾਂ ਨੇ ਕਿਹਾ, ਮੈਨੂੰ ਬੜੀ ਵਧੀਆ ਗੱਲ ਲੱਗੀ ਕਿ ਸਾਡੇ ਤਖ਼ਤ ਦਾ ਸਦਾ ਹੀ ਹਕੂਮਤਾਂ ਨੂੰ ਖੌਫ ਰਿਹਾ, ਸਾਡੇ ਤਖ਼ਤ ਨੂੰ ਢਾਹ ਵੀ ਦਿੱਤਾ ਗਿਆ, ਢਾਹੁਣ ਦੀ ਜਿਹੜਾ ਉਹਨਾਂ ਦੇ ਦਿਲ ਵਿੱਚ ਸੀਗਾ ਕਿ ਸ਼ਾਇਦ ਅਕਾਲ ਤਖ਼ਤ ਸਾਹਿਬ ਨੂੰ ਢਾਹ ਕੇ ਇਹਦੀ ਮਾਣ ਮਰਿਆਦਾ ਨੂੰ ਅਸੀਂ ਭੰਗ ਕਰ ਦਈਏ, ਉਹ ਨਹੀਂ ਕਰ ਪਾਏ। ਉਸ ਤੋਂ ਬਾਅਦ ਸਰਕਾਰ ਨੇ ਦੁਬਾਰਾ ਕੋਈ ਸਾਡੇ ਆਪਣੇ ਵਿੱਚ ਰਲਾ ਕੇ ਦੁਬਾਰਾ ਉਸਾਰੀ ਕਰਵਾ ਦਿੱਤੀ ਅਕਾਲ ਤਖ਼ਤ ਸਾਹਿਬ ਦੀ, ਤਾਂ ਸੰਗਤ ਨੇ ਕਿਹਾ ਸਰਕਾਰ ਦੀ ਲੱਗੀ ਹੋਈ ਇੱਟ ਸਾਨੂੰ ਪ੍ਰਵਾਨ ਨਹੀਂ। ਸੰਗਤ ਨੇ ਦੁਬਾਰਾ ਆਪ ਅਕਾਲ ਤਖ਼ਤ ਸਾਹਿਬ ਦੀ ਦੁਬਾਰਾ ਤੋਂ ਉਸਾਰੀ ਕੀਤੀ, ਅਤੇ ਜਿਹੜਾ ਰੁਤਬਾ, ਜਿਹੜੇ ਰੁਤਬੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਰੁਤਬਾ ਸਰਕਾਰਾਂ ਨਹੀਂ ਮਾਰ ਸਕੀਆਂ। ਅਤੇ ਅੱਜ ਜੇ ਆਪਾਂ ਗੱਲ ਕਰ ਲਈਏ ਜਥੇਦਾਰ ਸਾਹਿਬ ਦੇ ਰੁਤਬੇ ਨੂੰ ਜਿਹੜੀ ਢਾਹ ਆ ਉਹਦੇ ਵਿੱਚ, ਉਹਨੂੰ ਢਾਹ ਲਾਉਣ ਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਕਾਮਯਾਬ ਜ਼ਰੂਰ ਹੁੰਦੀਆਂ ਹੋਈਆਂ ਨਜ਼ਰ ਆਈਆਂ, ਕਿਉਂਕਿ ਜਿਹੜਾ ਮੌਜੂਦਾ ਜਥੇਦਾਰ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਸੀਗੇ, ਇਹਨਾਂ ਨੂੰ ਕਈ ਵਾਰ ਸਾਡੀ ਕੌਮ ਦੇ ਯੋਧਿਆਂ ਦੇ ਵੱਲੋਂ, ਸਾਡੀ ਕੌਮ ਦੇ ਫਿਕਰਮੰਦ ਨੌਜਵਾਨਾਂ ਦੇ ਵੱਲੋਂ ਮਜਬੂਰਨ ਵਾਸਤੇ ਇਹਨਾਂ ਨੂੰ ਖਰੀਆਂ ਖਰੀਆਂ ਵੀ ਸੁਣਾਉਣੀਆਂ ਪਈਆਂ। ਅਤੇ ਦੂਜੇ ਬੰਨੇ ਜੇ ਆਪਾਂ ਰੁਤਬੇ ਦੀ ਗੱਲ ਕਰ ਲਈਏ ਤਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਥ ਨੇ 10 ਲੱਖ ਦੇ ਇਕੱਠ ਦੇ ਵਿੱਚ ਜਥੇਦਾਰ ਚੁਣਿਆ, ਅਤੇ ਪੰਥ ਅੱਜ ਵੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣਾ ਜਥੇਦਾਰ ਮੰਨਦਾ। ਇਹਨੇ ਜਿਹੜੇ ਤਖ਼ਤ ਦੇ ਉੱਤੇ ਜਿਹੜੇ ਅੱਜ ਅਸੀਂ ਜਥੇਦਾਰ ਸਾਹਿਬ ਦੀ ਗੱਲ ਕਰ ਰਹੇ ਹਾਂ, ਜਿਹੜੇ ਜਥੇਦਾਰ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਜਾਂ ਜਿਹੜੇ ਜਥੇਦਾਰ ਸਾਹਿਬ ਨਵੇਂ ਥਾਪ ਦਿੱਤੇ ਗਏ ਆ, ਇਹਨਾਂ ਨੂੰ ਲੋਕ ਬਾਦਲਾਂ ਦੇ ਜਥੇਦਾਰ ਕਹਿ ਕੇ ਵੀ ਸੰਬੋਧਨ ਕਰਦੇ ਨੇ।
संगत जी तुसी भी अपने विचार कमेंटा दे विच साडे नाल सांझे जरूर करियो। तुसी की सोचते हो आने वाले समय दे विच किस पासे वल नूं गल जाऊगी कि जथेदार साहब भी तो कितें बीबी जगीर कौर तरह वक्खरे हो के कोई नवं अकाली दल तो नहीं सिरज देणगे। सवाल बहुत सारे ने इन्हां दे, तुसी भी अपने विचार इन्हां सारे सवालों के उत्ते साडे नाल सांझे जरूर करियो। मैं जल्द होर मुद्दे ते होर शख्सियत नूं लैके आप जी दे रूबरू होवांगा। दिओ इजाजत। वाहिगुरू जी का खालसा, वाहिगुरू जी की फतेह।